ਲਾ ਆਪਣੀ ਇੱਜ਼ਤ ਦਾ ਵਾਸਤੇ ਹੀ ਇਹਨਾਂ ਮਜ਼ਲੂਮਾਂ ਨੂੰ ਜਿਹੜੇ ਸ਼ਹਦਾ ਹਨ ਉਹਨਾਂ ਦੇ ਮਜ਼ੀਦ ਦਰਜਾਤ ਬੁਲੰਦ ਫਰਮਾ। ਆਪਣੇ ਮਹਬੂਬ ਦੀ ਇੱਜ਼ਤ ਦਾ ਵਾਸਤੇ ਹੀ ਮੇਰਾ ਮਿਹਰਬਾਨ ਅੱਲਾ ਲੱਖ ਤੋਂ ਜ਼ਿਆਦਾ ਜ਼ਖਮੀ ਹਨ। ਮੇਰਾ ਅੱਲਾ ਆਪਣੀ ਇੱਜ਼ਤ ਦਾ ਵਾਸਤੇ ਜ਼ਖਮੀ ਉਹ ਜਿਨ੍ਹਾਂ ਦੇ ਕੋਲ ਮਰਹਮ ਨਹੀਂ, ਪੱਟੀ ਨਹੀਂ, ਪਾਣੀ ਨਹੀਂ, ਜ਼ਖਮ ਧੋਣ ਵਾਸਤੇ ਵੀ ਪਾਣੀ ਨਹੀਂ, ਜਿਨ੍ਹਾਂ ਦੇ 'ਚ ਬੇਟੀਆਂ, ਧੀਆਂ, ਮਾਵਾਂ, ਜ਼ਈਫ, ਵਾਲਦੈਨ, ਬੱਚੇ, ਬੇਵਾ, ਮੇਰਾ ਅੱਲਾ ਆਪਣੀ ਇੱਜ਼ਤ ਦਾ ਵਾਸਤੇ ਹੀ ਉਹਨਾਂ ਨੂੰ ਆਪਣੀ ਮਦਦ ਨਸੀਬ ਫਰਮਾ। ਮੇਰਾ ਅੱਲਾ ਮੁਹੰਮਦ ਵਾਲੇ ਮੁਹੰਮਦ ਦੇ ਸਦਕੇ ਜਿਤਨੀਆਂ ਦੁਆਵਾਂ, ਜਿਤਨੀਆਂ ਕੋਸ਼ਿਸ਼ਾਂ ਫਲਸਤੀਨ ਵਾਸਤੇ ਪੂਰੀ ਦੁਨੀਆ ਵਿੱਚ ਕੀਤੀਆਂ ਜਾ ਰਹੀਆਂ, ਮੇਰਾ ਅੱਲਾ ਜਿਤਨੇ ਹਿਮਾਇਤੀ ਹਨ ਮਜ਼ਲੂਮ ਦੇ, ਮੇਰਾ ਅੱਲਾ ਉਹਨਾਂ ਦੀ ਹਿਮਾਇਤ ਨੂੰ ਕਬੂਲ ਅਤੇ ਮਨਜ਼ੂਰ ਫਰਮਾ। ਬਰੋਜ਼ੇ ਮਾਸ਼ਰ ਜਦੋਂ ਜ਼ਾਲਮਾਂ ਦਾ ਸਾਥ ਦੇਣ ਵਾਲਿਆਂ ਦਾ ਮੁਹਾਸਬਾ ਹੋਵੇ ਤਾਂ ਮੇਰਾ ਅੱਲਾ ਮਜ਼ਲੂਮ ਦੇ ਹਿਮਾਇਤੀਆਂ ਉੱਤੇ ਆਪਣਾ ਖਾਸ ਕਰਮ ਫਰਮਾਵੇ। ਮੇਰਾ ਅੱਲਾ ਸਾਡਾ ਸ਼ੁਮਾਰ ਮਜ਼ਲੂਮੀਨ ਦੇ ਹਿਮਾਇਤੀਆਂ 'ਚ ਫਰਮਾਵੀ। ਮੇਰਾ ਅੱਲਾ ਆਪਣੀ ਇੱਜ਼ਤ ਦਾ ਵਾਸਤੇ, ਮੇਰਾ ਅੱਲਾ ਮੁਹੰਮਦ ਵਾਲ ਮੁਹੰਮਦ ਸਦਕੇ ਜ਼ਾਲਮਾਂ ਨੂੰ ਨਿਸਤੋ ਨਾਬੂਦ ਫਰਮਾ। ਉਹ ਜ਼ਾਲਿਮ ਕਿਸੇ ਮੁਲਕ ਦਾ ਹੋਵੇ, ਕਿਸੇ ਇਲਾਕੇ ਦਾ ਹੋਵੇ, ਕਿਸੇ ਫਿਰਕੇ ਦਾ ਹੋਵੇ, ਕਿਸੇ ਦੀਨ ਦਾ ਹੋਵੇ, ਮੇਰਾ ਅੱਲਾ ਜਿਹੜਾ ਜ਼ਾਲਿਮ ਹੈ ਆਪਣੀ ਇੱਜ਼ਤ ਦਾ ਵਾਸਤੇ ਮੇਰਾ ਅੱਲਾ ਉਸਨੂੰ ਤਬਾਹ ਅਤੇ ਬਰਬਾਦ ਫਰਮਾ। ਜ਼ਿਕਾਤ ਦਾ ਮਹੀਨਾ ਹੈ, ਮੇਰਾ ਅੱਲਾ ਇਮਾਮ ਹੁਸੈਨ ਬਾਦਸ਼ਾਹ ਦੀ ਵੀ ਜੇਠ ਦੇ ਹਵਾਲੇ ਨਾਲ ਸ਼ਹਾਦਤ ਦਾ ਮਹੀਨਾ ਹੈ। ਮੇਰਾ ਮਿਹਰਬਾਨ ਅੱਲਾ ਮੁਹੰਮਦ ਵਾਲੇ ਮੁਹੰਮਦ, ਪਹਿਲੇ ਦਿਨ ਜੰਗ ਸ਼ੁਰੂ ਹੋਈ ਹੈ ਤਾਂ ਮੇਰਾ ਅੱਲਾ ਪਹਿਲੇ ਦਿਨ ਤੋਂ ਮੇਰੀ ਦੁਆ ਇਮਾਮ ਹੁਸੈਨ ਬਾਦਸ਼ਾਹ ਦੇ ਮਿੰਬਰ ਤੋਂ ਬੁਲੰਦ ਹੈ। ਮੇਰਾ ਅੱਲਾ ਆਪਣੇ ਨਬੀ ਦੀ ਇੱਜ਼ਤ ਦਾ ਵਾਸਤੇ ਹੀ ਮੈਂ ਗੁਨਾਹਗਾਰ ਦੀ ਹਿਮਾਇਤ, ਮੈਂ ਗੁਨਾਹਗਾਰ ਦੇ ਅਲਫਾਜ਼ ਮਜ਼ਲੂਮੀਨ ਦੇ ਹੱਕ 'ਚ, ਇਹੀ ਮੇਰੀ ਤਾਕਤ ਹੈ, ਜਿਤਨੀ ਮੇਰੀ ਤਾਕਤ ਹੈ, ਜਿਤਨਾ ਮੇਰਾ ਜ਼ੋਰ ਹੈ, ਮੇਰਾ ਅੱਲਾ ਮੇਰੀ ਇਸ ਹਿਮਾਇਤ ਨੂੰ ਔਰ ਹਾਜ਼ਰੀਨ ਦੀ, ਮੁਸਲਮਾਨਾਂ ਦੀ, ਗਯੂਰ ਗੈਰਤਮੰਦ ਮੁਸਲਮਾਨਾਂ ਦੀ, ਜਿਨ੍ਹਾਂ ਦੇ ਦਿਲ 'ਚ ਅਹਿਸਾਸ ਹੈ ਮੁਸਲਮਾਨਾਂ ਦਾ, ਜਿਨ੍ਹਾਂ ਦੇ ਦਿਲ 'ਚ ਅਹਿਸਾਸ ਹੈ ਆਲਮ ਇਸਲਾਮ ਦਾ, ਜਿਨ੍ਹਾਂ ਦੇ ਦਿਲ 'ਚ ਕਦਰੇ ਦੀਨ ਦੀ, ਦੀਨ ਇਸਲਾਮ ਦੀ, ਔਰ ਇਸਲਾਮ 'ਤੇ ਅਮਲ ਪੈਰਾ ਹੋਣ ਵਾਲੇ ਮੁਸਲਮਾਨਾਂ ਭੈਣ ਔਰ ਭਾਈਆਂ ਬੱਚਿਆਂ ਦੀ, ਮੇਰਾ ਅੱਲਾ ਉਹਨਾਂ ਦੀ ਹਿਮਾਇਤ ਕਬੂਲ ਔਰ ਮਨਜ਼ੂਰ ਫਰਮਾ। ਫਿਰ ਦੁਆ ਹੈ ਤੇਰੀ ਬਾਰਗਾਹ ਵਿੱਚ, ਮੇਰਾ ਮੌਲਾ ਜਿਤਨੇ ਜ਼ਖਮੀ ਹਨ ਇਮਾਮ ਹੁਸੈਨ ਬਾਦਸ਼ਾਹ ਦੇ ਜ਼ਖਮੀ ਬਦਨ ਦਾ ਸਦਕਾ, ਹੁਸੈਨ ਬਾਦਸ਼ਾਹ ਦੇ ਜ਼ਖਮੀ ਪੁੱਤਰਾਂ ਦਾ ਸਦਕਾ, ਹੁਸੈਨ ਬਾਦਸ਼ਾਹ ਦੇ ਜ਼ਖਮੀ ਭਰਾਵਾਂ ਦਾ ਸਦਕਾ। ਗੱਲ ਇੱਥੇ ਨਹੀਂ ਰਹਿ ਗਈ, ਬੰਦੇ ਅੱਜ ਇਹ ਮੰਜ਼ਰ ਪਵੇ ਦਿਨ, ਅਸੀਂ 1400 ਸਾਲ ਤੋਂ ਰੋ ਰਹੇ ਹਾਂ, ਹੁਸੈਨ ਬਾਦਸ਼ਾਹ ਦੀਆਂ ਜ਼ਖਮੀ ਧੀਆਂ ਦਾ ਸਦਕਾ, ਹੁਸੈਨ ਬਾਦਸ਼ਾਹ ਦੀਆਂ ਜ਼ਖਮੀ ਭੈਣਾਂ ਦਾ ਸਦਕਾ। ਮੇਰਾ ਅੱਲਾ ਮੁਹੰਮਦ ਵਾਲੇ ਮੁਹੰਮਦ ਸਦਕੇ ਉਹਨਾਂ ਜ਼ਖਮੀਆਂ ਨੂੰ ਸਿਹਤ ਵਾਲੀ ਜ਼ਿੰਦਗੀ ਅਤਾ। ਬਾਨੀਆਨ ਵਾਸਤੇ ਹੁਣ ਦੁਆ ਮੰਗਦਾ, ਮੇਰਾ ਅੱਲਾ ਬਾਨੀਆਨ ਦੀ ਇੱਜ਼ਤ, ਰਿਜ਼ਕ, ਬਖਤ ਔਰ ਸਿਹਤ 'ਚ ਹਾਜ਼ਰੀਨ ਸਮੇਤ ਬੇਬਹਾ ਇਜ਼ਾਫਾ ਫਰਮਾ। ਇਹਨਾਂ ਦੇ ਮਰਹੂਮੀਨ ਦੇ ਦਰਜਾਤ ਬੁਲੰਦ ਫਰਮਾ, ਇਹਨਾਂ ਦੇ ਜਵਾਨਾਂ ਦੇ ਇੱਜ਼ਤ, ਰਿਜ਼ਕ, ਬਖਤ, ਸਿਹਤ 'ਚ ਹਾਜ਼ਰੀਨ ਸਮੇਤ ਬੇਬਹਾ ਇਜ਼ਾਫਾ ਫਰਮਾ। ਮੇਰਾ ਮੌਲਾ ਆਪਣੀ ਇੱਜ਼ਤ ਦਾ ਵਾਸਤਾ ਜਿਹੜੇ ਇਸ ਮਕਾਮ 'ਤੇ ਮਰੀਜ਼ ਮੌਜੂਦ ਹਨ, ਅਲੀਲ, ਬਿਮਾਰ, ਨਹੀਫ, ਮੇਰਾ ਅੱਲਾ ਕੁੱਲ ਮਰੀਜ਼ਾਂ ਸਮੇਤ ਜਿਤਨੇ ਆਲਮ ਇਸਲਾਮ ਦੇ ਮਰੀਜ਼ ਹਨ, ਤਮਾਮ ਨੂੰ ਮੁਹੰਮਦ ਵਾਲੇ ਮੁਹੰਮਦ ਸਦਕੇ ਸਿਹਤ ਵਾਲੀ ਜ਼ਿੰਦਗੀ ਅਤਾ ਫਰਮਾ। ਮੇਰਾ ਮੌਲਾ ਸਰਵਰ ਸਾਹਿਬ ਦੇ ਭਾਈ ਬਿਮਾਰ ਹਨ, ਮੇਰਾ ਅੱਲਾ ਇਮਾਮ ਸਜਾਦ ਪਾਕ ਦੀ ਅਜ਼ਮਤ ਦਾ ਸਦਕਾ, ਆਪਣੇ ਨਬੀ ਦੀ ਇੱਜ਼ਤ ਦਾ ਵਾਸਤੇ ਮੇਰਾ ਅੱਲਾ ਕੁੱਲ ਮਰੀਜ਼ਾਂ ਨੂੰ, ਹਾਜ਼ਰੀਨ ਦੇ ਜਿਤਨੇ ਮਰੀਜ਼ ਹਸਪਤਾਲ ਨਾਲ, ਜਿਨ੍ਹਾਂ ਦੇ ਓਪਰੇਸ਼ਨ ਹੋ ਗਏ, ਹੋ ਰਹੇ ਹਨ, ਹੋਣ ਵਾਲੇ ਹਨ, ਕੁੱਲ ਮਰੀਜ਼ਾਂ ਨੂੰ ਮੇਰਾ ਅੱਲਾ ਸਿਹਤ ਵਾਲੀ ਜ਼ਿੰਦਗੀ ਅਤਾ ਫਰਮਾ। ਹਸਨੈਨ ਖਾਨ ਅਲਾਈਡ ਹਸਪਤਾਲ ਦਾਖਲ ਹੈ, ਸਾਰੇ ਦੁਆ ਫਰਮਾਓ, ਜਿਤਨੇ ਹਸਪਤਾਲਾਂ 'ਚ ਹਨ ਮੇਰਾ ਅੱਲਾ ਸ਼ਿਫਾ ਯਾ ਫਰਮਾ। ਜਿਤਨੇ ਕਦਮ ਚੱਲ ਕੇ ਆਏ ਨ, ਹਰ ਕਦਮ ਦੇ ਬਦਲੇ ਮੇਰਾ ਅੱਲਾ ਕਬੀਰਾ ਸਗੀਰਾ ਗੁਨਾਹ ਮਾਫ ਫਰਮਾ। ਜਿਤਨੇ ਕਦਮ ਚੱਲ ਕੇ ਨਾ ਵਾਪਸ ਜਾਣਾ ਹੈ, ਹਰ ਕਦਮ ਦੇ ਬਦਲੇ ਦੀਨ, ਦੁਨੀਆ ਔਰ ਆਖਰਤ ਦੀ ਬੁਲੰਦੀ ਅਤਾ ਫਰਮਾ।
ਇਹ ਤਿੰਨ ਦਿਨ ਦੀ ਅਜ਼ਾਦਾਰੀ ਜਿਹੜੀ ਅੱਜ ਤੋਂ ਸ਼ੁਰੂ ਹੋ ਰਹੀ ਹੈ ਮੇਰਾ ਮੌਲਾ, ਬਾਨੀਆਂ ਨੂੰ ਇਸਦਾ ਮਿਸਾਲੀ ਅਜਰ ਅਤਾ ਫਰਮਾ, ਔਰ ਅਸਾਂ ਗੁਨਾਹਗਾਰਾਂ ਨੂੰ ਇਸ ਅਜ਼ਾਦਾਰੀ 'ਚੋਂ ਕੁਝ ਨਾ ਕੁਝ ਸੀਰਤ ਮੁਹੰਮਦ ਵਾਲੇ ਮੁਹੰਮਦ ਦਾ ਦਰਸ ਲੈਣ ਦੀ, ਅਮਲ ਕਰਨ ਦੀ, ਅਮਲੀ ਮੁਜ਼ਾਹਰੇ ਦੀ ਤੌਫੀਕ ਅਤਾ ਫਰਮਾ। ਮੇਰਾ ਅੱਲਾਹ ਆਪਣੀ ਇੱਜ਼ਤ ਦਾ ਵਾਸਤੇ ਹੀ ਇਹ ਤਾਕਤਾਂ, ਇਹ ਤਾਗੂਤ ਕੋਸ਼ਾਂ ਕਰਨੀਆਂ ਮੁਸਲਮਾਨਾਂ ਹੁਕਮਰਾਨ ਕੋਈ ਇੱਕ ਅੱਧਾ ਤਾਗੂਤ ਦੇ ਖਿਲਾਫ, ਜ਼ੁਲਮ ਦੇ ਖਿਲਾਫ ਸਿਰ ਬੁਲੰਦ ਕਰ ਸੀ, ਪਰ ਇਸ ਜ਼ਾਲਿਮ ਦਾ ਸਿਰ ਜਦੋਂ ਵੀ ਕੱਟਣਾ ਹੈ ਅਲੀ ਦੇ ਲਾਲ ਹੀ ਆ ਕੇ ਕੱਟਣਾ ਹੈ। ਮੇਰਾ ਅੱਲਾਹ ਆਪਣੀ ਇੱਜ਼ਤ ਦਾ ਵਾਸਤੇ ਮੇਰਾ ਮੌਲਾ, ਬਾਕੀ ਜੋ ਤੇਰੀ ਰਜ਼ਾ ਹੈ ਸਾਡਾ ਸ਼ੁਮਾਰ ਮੌਲਾ ਦੇ ਐਵਾਨੋ ਅਨਸਾਰ ਚ ਫਰਮਾ, ਮੁੰਤਜ਼ਰੀਨ ਚ ਫਰਮਾ। ਇੰਤਜ਼ਾਰ ਦਾ ਹੁਕਮ ਦਿੱਤਾ ਗਿਆ ਮੇਰਾ ਅੱਲਾ, ਇਬਾਦਤ ਨਾਲ, ਸ਼ਰਾਫਤ ਨਾਲ, ਰਿਆਜ਼ਤ ਨਾਲ, ਤਹਾਰਤ ਨਾਲ, ਨੇਕੀ ਨਾਲ, ਅਮਲ ਨਾਲ, ਇਮਾਮ ਅਸਰ ਅਲੈ ਸਲਾਮ ਦੇ ਇੰਤਜ਼ਾਰ ਦੀ ਤੌਫੀਕ ਅਤਾ ਫਰਮਾ। ਮੌਤ ਦੇ ਹਮਲੇ ਤੋਂ ਪਹਿਲੇ ਰੋਜ਼ਾ ਸ਼ਬੀਰ ਦੀ ਜ਼ਿਆਰਤ ਨਸੀਬ ਫਰਮਾ। ਮਾਸ਼ਾ ਅੱਲਾਹੁ ਲਾ ਹੌਲਾ ਵਲਾ ਕੁਵਤ ਇਲਾ ਬਿੱਲਾਹਿ ਅਲੀ ਅਲ ਅਜ਼ੀਮ ਬਿਰਹਿਮਤਿਕ ਯਾ ਅਰਹਮਰ ਰਾਹਿਮੀਨ। ਇਨ ਅੱਲਾਹ ਵ ਮਲਾਇਕਤਹੁ ਯੁਸੱਲੂਨਾ ਅਲਨ ਨਬੀ ਯਾ ਅਯੁਹਲ ਲਜ਼ੀਨਾ ਆਮਨੂ ਸੱਲੂ ਅਲੈਹਿ ਵਸੱਲਿਮੂ ਤਸਲੀਮਾ। ਅੱਲਾਹੁਮਾ ਅਲਾ ਮੁਹੰਮਦ ਵਾ ਅਲੇ ਮੁਹੰਮਦ। ਇਸ ਆਇਤ ਦੇ ਬਾਅਦ ਸਲਵਾਤ ਵਾਜਿਬ ਹੋ ਜਾਂਦੀ ਹੈ, ਬੁਲੰਦ ਆਵਾਜ਼ ਨਾਲ ਸਲਵਾਤ ਕਰ ਲਓ। ਅੱਲਾਹੁਮਾ ਸੱਲਿ ਅਲਾ ਮੁਹੰਮਦ। ਆਪਣੇ ਕੰਨ ਤੁਹਾਡੇ ਗਵਾਹ ਹੋ ਜਾਣ ਕਿ ਮੈਂ ਸਲਵਾਤ ਪੜ੍ਹੀਏ, ਇਤਨੀ ਉੱਚੀ ਸਲਵਾਤ ਪੜ੍ਹ ਲਓ। ਅੱਲਾਹੁਮਾ ਹਲਾਓ ਹਲਾਓ ਜ਼ਬਾਨ ਮੁਹੰਮਦ ਵਾਲੇ ਮੁਹੰਮਦ, ਅਤੇ ਉੱਚੀ ਆਵਾਜ਼ ਨਾਲ ਸਲਵਾਤ ਪੜ੍ਹੋ ਸਾਰੇ ਜਿਤਨੇ ਜਵਾਨ ਬੈਠੇ। ਅੱਲਾਹੁਮਾ ਸੱਲਿ ਅਲਾ ਮੁਹੰਮਦ। ਅਗਲੇ ਪਿਛਲੇ ਰਲ ਕੇ ਸਲਵਾਤ ਪਾਕ ਅਲੀ ਦੀ ਇੱਜ਼ਤ ਬੁਲੰਦ ਆਵਾਜ਼ ਨਾਲ ਪੜ੍ਹ ਲਓ। ਅੱਲਾਹੁਮਾ ਸੱਲਿ ਅਲਾ ਮੁਹੰਮਦ ਵਾਲੇ ਮਰਹੂਮੀਨ ਨੂੰ ਵੀ ਸ਼ਾਮਿਲ ਕਰੋ ਇੱਕ ਸਲਵਾਤ, ਆਪਣੇ ਟੁਰ ਗਿਆ ਭੇਜੋ ਮੁਹੰਮਦ ਵਾਲੇ ਮੁਹੰਮਦ। ਅੱਲਾਹੁਮਾ ਸੱਲਿ ਅਲਾ ਮੁਹੰਮਦ ਵਾ ਲਵਾਰਿਸ ਮਰਹੂਮੀਨ ਵਾਸਤੇ ਇੱਕ ਸਲਵਾਤ ਬੁਲੰਦ ਆਵਾਜ਼ ਨਾਲ ਪੜ੍ਹ ਲਓ। ਅੱਲਾਹੁਮਾ ਸੱਲਿ ਅਲਾ ਮੁਹੰਮਦ ਵਾਲੇ। ਤਾਗੂਤ ਦੀ, ਯਹੂਦ ਦੀ ਬਰਬਾਦੀ ਵਾਸਤੇ ਇੱਕ ਸਲਵਾਤ ਇੱਜ਼ਤ ਜ਼ਹਰਾ 'ਤੇ ਪੜ੍ਹ ਲਓ ਬੁਲੰਦ ਆਵਾਜ਼ ਨਾਲ। ਅੱਲਾਹੁਮਾ ਸੱਲਿ ਅਲਾ ਮੁਹੰਮਦ। ਮਜ਼ਲੂਮ ਦੀ ਹਿਮਾਇਤ 'ਚ ਇੱਕ ਸਲਵਾਤ ਇੱਜ਼ਤ ਅਮੀਰ ਅਲ ਮੋਮਿਨੀਨ 'ਤੇ ਪੜ੍ਹ ਲਓ ਬੁਲੰਦ ਆਵਾਜ਼ ਨਾਲ। ਅੱਲਾਹੁਮਾ ਸੱਲਿ ਅਲਾ ਮੁਹੰਮਦ ਵਾ ਆਲ ਮੁਹੰਮਦ ਵਾ ਅਹਲ ਕਦਵਹੁਮ ਮਿਨਲ ਜਿੰਨੇ ਵਲ ਇਨਸੇ ਮਿਨਲ ਅਵਲੀਨਾ ਵਲ ਆਖਰੀਨ। ਹੈ ਇਜਾਜ਼ਤ ਜੀ ਗੱਲ ਦਾ ਆਗਾਜ਼ ਕਰੀਏ। ਮੈਂ ਆਪਣੇ ਆਉਣ ਦਾ ਮਕਸਦ ਪੂਰਾ ਕਰ ਲਿਆ, ਮਜਲੇ ਸ਼ੁਰੂ ਕਰਨ ਤੋਂ ਪਹਿਲੇ ਹੀ ਮੈਂ ਮਕਸਦ ਤੁਹਾਡੇ ਆਉਣ ਦਾ, ਆਪਣੇ ਆਉਣ ਦਾ, ਅਤੇ ਜੋ ਅੱਜ ਦੇ ਦਿਨ ਦੀ ਜ਼ਿੰਮੇਦਾਰੀ ਬਣਦੀ ਹੈ ਉਹ ਮੈਂ ਆਗਾਜ਼ ਮਜਲਿਸ ਤੋਂ ਪਹਿਲੇ ਆਪਣੀ ਜ਼ਿੰਮੇਦਾਰੀ ਅਦਾ ਕਰ ਲਈ ਹੈ ਜਾਂ ਕੋਸ਼ਿਸ਼ ਕਰ ਲਈ ਹੈ। ਅੱਜ ਦੇ ਇਸ ਦੌਰ ਦੇ ਅੰਦਰ, ਇਸ ਜ਼ੁਲਮ ਬਰਬਰੀਅਤ ਦੇ ਦੌਰ ਦੇ ਅੰਦਰ, ਇਸੇ ਦੌਰੇ 'ਚ ਤਾਂ ਦੱਸਣਾ ਜਵਾਨੋ ਕਿ ਮੁਰਸ਼ਿਦ ਦਾ ਨਾਂ ਕੀ ਹੈ। ਥੋੜ੍ਹੇ ਬੋਲੇ ਮੁਰਸ਼ਿਦ ਦੇ ਨਾਂ ਤੋਂ। ਇਸੇ ਜ਼ਮਾਨੇ 'ਚ ਦੱਸਣਾ ਮੁਸਲਮਾਨਾਂ, ਇਸੇ ਜ਼ਮਾਨੇ ਵਿੱਚ ਜ਼ੁਲਮ ਦੇ ਖਿਲਾਫ, ਬਰਬਰੀਅਤ ਦੇ ਖਿਲਾਫ, ਇਸ ਨਿਜ਼ਾਮ ਦੇ ਖਿਲਾਫ ਜਵਾਨੋ ਜਿਹੜਾ ਆਲਮ ਇਸਲਾਮ ਨੂੰ ਮਿਟਾਉਣ ਵਾਸਤੇ ਹੁਣ ਪੂਰੀ ਤਾਕਤ ਨਾਲ ਉਭਰ ਰਿਹਾ। ਅਗਰ ਮੁਸਲਮਾਨੋ ਸਮਝੋ ਤੇ ਹਮਲੇ ਫਲਸਤੀਨ ਤੇ ਨਹੀਂ, ਤਾਇਦ ਕਰ ਸੋ ਬਈ, ਪਿੰਡ ਸਮਝ ਕੇ, ਨਿੱਕੂ ਚੱਕ ਸਮਝ ਕੇ ਪਿੱਛੇ ਨਾ ਰਹਿ ਜਾਵੇ। ਆਏ ਤੁਹਾਡੀ ਆਵਾਜ਼ ਪੂਰੀ ਦੁਨੀਆ 'ਚ ਪਹੁੰਚਦੀ ਹੈ, ਪੜ੍ਹੀ ਇੱਥੇ ਜਾ ਰਹੀ ਹੈ, ਸੁਣੀ ਇੱਥੇ ਜਾ ਰਹੀ ਹੈ, ਵੇਖੀ ਔਰ ਸੁਣੀ ਨਾਲ ਹੀ ਪੂਰੀ ਦੁਨੀਆ ਵਿੱਚ ਜਾ ਰਹੀ ਹੈ। ਤੁਸੀਂ ਜ਼ਿੰਮੇਦਾਰੀ ਦਾ ਮੁਜ਼ਾਹਰਾ, ਦਾਦ ਵਾਲੀਆਂ ਗੱਲਾਂ ਨਹੀਂ, ਦਾਦ ਵਾਸਤੇ ਸਾਈਆਂ ਫਜ਼ਾਇਲ ਆਪਣੇ ਢੇਰ ਦਿੱਤੇ ਨੇ। ਇਹ ਹੈ ਦੀਨ ਦੀ ਗੈਰਤ ਦੀ ਗੱਲ। ਔਰ ਯਾਦ ਰੱਖੇ ਜਵਾਨੋ, ਵਾਏ ਉਸ ਬੰਦੇ 'ਤੇ ਜਿਸ ਨੂੰ ਟੱਬਰ ਦੀ ਗੈਰਤ ਹੋਵੇ ਅਤੇ ਅੱਲਾਹ ਦੇ ਦੀਨ ਦੀ ਗੈਰਤ ਨਾ ਹੋਵੇ।
पुत्रां दी गैरत होवे, धीयां दी गैरत होवे, ते दीन दी गैरत ना होवे, वाए उस मुसलमान उत्ते, हैफ हैफ उस मुसलमान उत्ते। मामलात बड़े, वर्ल्ड वार टू तो बाद जवानों जड़ियाँ ताकतां जड़ियाँ पूरी दुनिया नू चला रही है, दरअसल वह मामला है, मामला होर नहीं है। वर्ल्ड वार टू तो बाद जड़ियाँ ताकतां ने इस दुनिया उत्ते अपने रूल ते अपने ला नू अपने कानून नू जिन्हें जारी किया है, जिन्हां दे हत्थे पूरी दुनिया का निज़ाम है, असल मामला हो जवान उन्होंने नाल टकराने वास्ते ढेर सारी हिम्मत की लोड़ है, तो ढेर सारे रब नाल राबते की लोड़ है। अज दे मुसलमान च दोवें चीजां कोई नहीं, ये दोवें चीजें अज के मुसलमान या हैन ही नहीं, तो जे हैन तो ना होने के बराबर बहुत कम बहुत थोड़ियाँ। हिम्मत भी हक वास्ते, हिम्मत भी हक वास्ते, तो दूसरा जवाब में हक वास्ते राबता, तो राबता अल्लाह नाल। रब नाल राबता, अला कुल्ले शैन कदीर दी बारगाह नाल राबता ना होने दे बराबर है इहदे मुसलमान च। बाहर निकलो माहौल जाके वेखो जवानों, नाम निहाद मुसलमाना दा जिंदगी गुजारन दा तरीका वेखो कि अज दा मुसलमान कितनी हिफाजत करता है हदूदुल्लाह दी, हदूदे रिसालत दी, हदूदे विलायत दी, हदूदे इस्मत दी, हदूदे हया दी, हदूदे इल्म दी, हदूदे शुजात दी। सिर्फ बुजदिल ही नहीं होंदा जिहड़ा पिड़ छड़ के नस जावे, वह भी बुजदिल होंदा जिहड़ा सच बोल सकदा होवे ते वत भी झूठ दा सहारा लवे, वह भी बुजदिल है, वह भी बुजदिल है। बुजदले मेरे शिया सुनी जवानों, सच बोल सकता है, सच बोल के गुजारा कर सकता है, ढेर नहीं तो थोड़ी खा सकता है, हजार नहीं तो सौ कमा सकता है, पर सच बोल के। वो झूठ दे हजार नालू सौ चंगा है, बेहतर है, वह सौ ते अल्लाह भी राजी है, रब भी राजी है, रब दा महबूब भी राजी है, उसकी आल भी राजी है। हुण हेठा छोटे छोटे हकूक ये आ गए ना जवान, तो थले छोटे छोटे, हुण तो हकूक दा एक अजीब निज़ाम है जवान, इन्हां आलमी ताकतां दे सामने गल हक ते बातिल दी है, दो ही राह हैं अजल तो अज ताई, हिमायती वत चुनींदे रहे, हिमायत हुंदी रही है, हक दी भी हुंदी रही, बातिल दी भी हुंदी रही। असल इस दुनिया विच पेड़े ना दो ताकतां दा जवान, एक हक है ते एक बातिल है, बाकी दुनिया खाधी पीती जांदी है। जुतियां कपड़े पा के हटा के इस दुनिया में शुगल करके तमाशे करके खेड़ा खेड के मेले करा के मैच खिडा के मामलात करा के मेगा इवेंट्स करा के एक खान पीन तो दुनिया लगी हुई है, राह दो हैं। मेरा इन जवाना ते सवाल है, ईमानदारी का मुजहरा करो मजले से इमाम हुसैन अलैहि सलाम में, थोड़ा बुलंद करो अपने मिजाज नूं, ते मैं गल करना चाहना। याद रखे जवानों, बे जदों हमले होंदे अल्लाह के घर ते मस्जिद अक्सा ते, तो उदों मुसलमान मुल्कां विच मुजरियां दे तमाम हो रहा होंदा है। जदों हमला हो रहा होंदा है जवानों, जदों हमला हो रहा होंदा है, तो उदों वड्डे टूरनामेंट इस दुनिया में शुरू करा दिते जांदे ने, दो 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 महीने दे मेगा इवेंट्स करा दिते, नाल नाल जोड़ के रखे, वेलियां तो होनी नहीं ना पे देंदे दे।
ਜਿਹੜੇ ਖਾਣ ਪੀਣ ਕਾਰਨ ਦੁਨੀਆਂ ਚ ਆਏ ਹੋਏ, ਜਿਹੜੇ ਦੁਨੀਆਂ ਵਿੱਚ ਦੁਨੀਆਂ ਕਾਰਨ ਆਏ ਹੋਏ ਜਵਾਨ ਨੂੰ, ਉਹਨਾਂ ਨੂੰ ਦੁਨੀਆਂ ਦਾ ਇੰਨਾ ਪੂਰਾ ਇੱਕ ਮਾਹੌਲ ਬਣਾ ਕੇ ਦਿੱਤਾ ਹੈ। ਅੱਲਾਹ ਦੇ ਇੱਕ ਵਲੀ ਕੋਲ ਮੈਂ ਬੈਠਾ ਕਿਸੇ ਰਾਤ, ਪਿਛਲੀ ਰਾਤ ਹੋਈ ਨਾ, ਤੇ ਸਾਦਰ ਖੁੱਲਿਆ, ਸੀਨਾ ਖੁੱਲਿਆ, ਸਾਹਿਬ ਇਰਸ਼ਾਦ ਨੇ ਕੁਝ ਇਰਸ਼ਾਦ ਫਰਮਾਇਆ। ਉਹ ਵਕਤ ਆ ਗਿਆ ਜਿਸ ਦੀ ਮੈਂ ਉਡੀਕ ਕੇ ਚੰਮ, ਉਹ ਮੈਂ ਪੁੱਛਿਆ, ਮੈਂ ਕਿਹਾ ਸ਼ੈਤਾਨ ਆਖਿਰ ਢਾਹ ਲੈਂਦਾ ਹੈ ਬੰਦੇ ਨੂੰ, ਜਾਂ ਪੈਸੇ ਤੇ ਢਾਹ ਲੈਂਦਾ, ਪੈਸੇ ਤੇ ਨਾ ਢਵੇ ਤਾਂ ਕਿਸੇ ਹੋਰ ਬੁਰਾਈ ਤੇ, ਗੁਨਾਹ ਤੇ, ਔਰਤ ਤੇ, ਕਿਸੇ ਸ਼ਹਿਵਤ ਤੇ, ਕਿਸੇ ਹੋਰ ਮਾਮਲੇ ਤੇ ਢਾਹ ਲੈਂਦਾ, ਵਜ੍ਹਾ ਕੀ ਹੈ? ਉਹਨਾਂ ਆਖਿਆ ਬੜਾ ਪੁਰਾਣਾ ਸੂ ਹੈ ਇਨਸਾਨ ਦਾ, ਆਦਮ ਲਾਉਂ ਜਾਣਦਾ ਵੀ ਢਾਣਾ ਕਿਹੜੀ ਜਾਂ ਤੇ, ਬੜਾ ਪੁਰਾਣਾ ਜਾਣੂ ਹੈ ਇਨਸਾਨ ਦਾ, ਬੜਾ ਪੁਰਾਣਾ ਹੈ ਜਾਣਦਾ ਇਨਸਾਨ ਨੂੰ। ਇਹ ਦੁਨੀਆਂ ਜਿਹੜੀ ਤਮਾਸ਼ੇ ਤੇ ਲੱਗ ਗਈ ਹੈ ਜਵਾਨਾ, ਉਹ ਇਸ ਦੁਨੀਆਂ ਦਾ ਕੋਈ ਤਾਲੁਕ ਨਹੀਂ। ਇਹਨਾਂ ਨੂੰ ਤੁਸੀਂ ਇਹਨਾਂ ਨੂੰ ਹਲਾਲ ਗੋਸ਼ਤ ਦੇ ਦਿਓ, ਇਹਨਾਂ ਖਾ ਜਾਣਾ, ਇਹਨਾਂ ਨੂੰ ਸੂਰ ਦੇ ਦਿਓ, ਇਹਨਾਂ ਖਾ ਜਾਣਾ, ਇਹਨਾਂ ਨੂੰ ਆਬੇ ਜ਼ਮਜ਼ਮ ਦੇ ਦਿਓ, ਇਹਨਾਂ ਪੀ ਜਾਣਾ, ਇਹਨਾਂ ਨੂੰ ਸ਼ਰਾਬ ਦੇ ਦਿਓ, ਇਹਨਾਂ ਪੀ ਜਾਣਾ। ਇਹਨਾਂ ਦੇ ਕਾਰਨ ਜਵਾਨੋ ਕਿਸੇ ਦੀ ਇੱਜ਼ਤ, ਕਿਸੇ ਦੀ ਹੁਰਮਤ, ਇਹਨਾਂ ਦੁਨੀਆਂ ਦੇ ਅੰਦਰ ਇਹਨਾਂ ਤਮਾਸ਼ਾਈਆਂ, ਇਹਨਾਂ ਕਾਰਨ ਮੁਹੰਮਦ ਆਲੇ ਮੁਹੰਮਦ, ਇਹੋ ਜੇ ਮੁਹੰਮਦ ਆਲੇ ਮੁਹੰਮਦ ਨੂੰ ਪੜ੍ਹਿਆ ਨਹੀਂ, ਤਾਰੀ ਨਹੀਂ ਕੀਤਾ, ਤੇ ਸਾਰੀ ਜ਼ਿੰਦਗੀ ਮੁੜ ਹਨੇਰੇ 'ਚ ਲੱਗਣੀ ਹੈ ਨਾ, ਚਾਨਣ ਤਾਂ ਨਸੀਬ ਨਹੀਂ ਨਾ ਹੋਣਾ। ਇਹੋ ਜੇ ਬੰਦੇ ਜਵਾਨੋ ਜਿਹੜੇ ਹੱਕ ਨਾਲ ਨਹੀਂ ਖਲੋਂਦੇ, ਜਿਹੜੇ ਬੁਰੇ ਨੂੰ ਬੁਰਾ ਨਹੀਂ ਆਦੇ, ਜਿਨ੍ਹਾਂ ਦੇ ਪਿੱਛੇ ਅੱਲਾਹ ਨੇ ਇੱਕ ਬੰਦੇ ਸਾਲੇ ਨਬੀ ਦੇ ਨਾਕਾਂ ਨੂੰ ਮਾਰਿਆ, ਇਬਰਤ ਹਾਸਿਲ ਕਿਉਂ ਨਾ ਕਰਦੇ? ਕੁਰਾਨ ਜੋ ਬਾਰ ਬਾਰ ਫਰਮਾ ਰਹੇ ਇਬਰਤ ਹਾਸਿਲ ਕਰੋ, ਘਬਰਾਈ ਗਏ ਹੋ ਸਾਰੇ ਤੁਸੀਂ, ਕੁਰਾਨ ਜੋ ਆਖ ਰਿਹਾ ਵੀ ਇਬਰਤ ਹਾਸਿਲ ਕਰੋ, ਤੇ ਮੁਸਲਮਾਨੋ ਕਿਉਂ ਨਾ ਇਬਰਤ ਹਾਸਿਲ ਕਰਦੇ? ਖਾਲਿਕ ਜੋ ਬਾਰ ਬਾਰ ਕੁਰਾਨ ਹੀ ਫਰਮਾਇਆ ਵੀ ਪਿਛਲੀਆਂ ਕੌਮਾਂ ਦਾ ਜਾ ਕੇ ਹਾਲ ਵੇਖੋ, ਕਿਦਾਂ ਹੀ ਵੇਖੋ ਬਈ ਉਹਨਾਂ ਦਾ ਕੋਈ ਨਿਸ਼ਾਨ ਹੋਵੇ, ਜਿਹਨਾਂ ਜ਼ਮੀਨ ਤੇ ਖੁਦਾਈ ਦਾ ਦਾਵਾ ਕੀਤਾ, ਇੱਕ ਬੰਦੇ ਮਾਰਿਆ ਹੀ ਇੱਕ ਬੰਦੇ, 80,000 ਅੱਲਾਹ ਗਰ ਕਰ ਦਿੱਤਾ। ਸਾਲੇ ਨਬੀ ਨੇ ਅਰਜ਼ ਕੀਤੀ, ਇਲਾਹੀ ਜੁਰਮ ਇੱਕ ਬੰਦੇ ਦਹਾ ਗਰਕ 80,000 ਕਰ ਦਿੱਤਾ। ਖਾਲਿਕ ਫਰਮਾਏ ਇਹ ਵੀ ਇਸ ਦੇ ਨਾਲ ਦੇ ਹਨ, ਇਹਨਾਂ ਜ਼ਾਲਿਮ ਨੂੰ ਜ਼ਾਲਿਮ ਨਹੀਂ ਆਖਿਆ, ਆਖਿਆ ਹੀ ਨਹੀਂ, ਇਹਨਾਂ ਛੜਾ ਮੂੰਹ ਨਾਲ ਹੀ ਨਹੀਂ ਆਖਿਆ, ਇਹਨਾਂ ਇਤਨਾ ਵੀ ਨਹੀਂ ਆਖਿਆ ਵੀ ਤੂੰ ਜ਼ੁਲਮ ਕੀਤਾ, ਇਤਨਾ ਵੀ ਨਹੀਂ ਇਹਨਾਂ ਆਖਿਆ। ਔਰ ਐਸੇ ਮੁਰਦਾਰ ਇਸ ਦੁਨੀਆਂ ਦੇ ਕੁੱਤੇ ਤਲਬਗਾਰ ਦਰਿੰਦੇ, ਜਵਾਨੋ ਬਾਹਰ ਨਿਕਲ ਕੇ ਵੇਖੋ ਇਹਨਾਂ ਦੀ ਤਾਦਾਦ ਗਿਣੋ, ਇਹਨਾਂ ਕੁੱਤਿਆਂ ਦੀ, ਇਹਨਾਂ ਮੁਰਦਾਰ ਦੇ ਤਲਬਦਾਰਾਂ ਦੀ ਜਵਾਨੋ ਤਾਦਾਦ ਗਿਣੋ, ਜਵਾਨੋ ਜਿਨ੍ਹਾਂ ਦਾ ਕੋਈ ਸਰੋਕਾਰ ਨਹੀਂ ਬਈ ਇਸਲਾਮ ਨਾਲ ਕੀ ਹੋ ਰਿਹਾ ਹੈ, ਤੇਰੀ ਆਉਣ ਵਾਲੀ ਨਸਲ ਨਾਲ ਕੀ ਹੋ ਰਿਹਾ ਹੈ। ਆ ਸਾਡੀਆਂ ਧੀਆਂ ਤਾਂ ਪਰਦੇ 'ਚ ਬੈਠੀਆਂ ਤੇ ਪੁੱਤਰ ਝੋਲੀਆਂ 'ਚ ਲੈ ਕੇ ਬੈਠੇ ਹੋ, ਤੇ ਜਿਨ੍ਹਾਂ ਦੇ ਕੱਲ ਰਾਤ ਦੇ ਟੁਕੜੇ ਹੀ ਨਹੀਂ ਪੇ ਲੱਭਦੇ, ਅੱਗ ਲੱਗ ਗਈ ਹੈ, ਉਹਨਾਂ ਉਹ ਕੈਮੀਕਲ ਲਾਂਤੀਆਂ ਸਹੁਨੀਆਂ ਇਸਤੇਮਾਲ ਕੀਤਾ ਹੈ। ਮੇਰਾ ਖੁਦਾ ਮੇਰੇ ਕੋਲ ਤਾਂ ਇਹੋ ਪਲੇਟਫਾਰਮ ਹੈ, ਅਗਰ ਕੋਈ ਹੁਕਮਰਾਨ ਬੇਦਾਰ ਹੋਣ ਤੇ ਲੜਨ ਕਾਰਨ ਅਗਰ ਮੈਦਾਨ ਦੇਣ, ਤਾਂ ਮੈਂ ਆਪਣੀ ਕੌਮ ਦੀ ਜ਼ਮਾਨਤ ਤੇ ਆਖ ਸਕਦਾ ਵੀ ਸਾਰਿਆਂ ਤੋਂ ਪਹਿਲੇ ਤੁਹਾਡਾ ਟਾਰਗੇਟ ਜੇ ਅਲੀ ਹੈ ਤੇ ਸ਼ੀਆ ਪੂਰੇ ਨਾ ਕਰਨ ਤੇ ਅਸੀਂ ਵਾ ਇਸ ਦਰ ਨੂੰ ਜੁਮਿਆਂ ਤੋਂ ਗਵਾਹੀ ਦੇ ਲਓ ਆਪਣੀ ਅੱਲਾਹ ਦੀ ਬਾਰਗਾਹ ਵਿੱਚ ਜਵਾਨੋ। ਕੋਈ ਮੈਦਾਨ ਲੱਗ ਜਾਵੇ, ਕੋਈ ਇਹਨਾਂ ਦੀ ਹਿਮਾਇਤ ਵਾਸਤੇ ਕਿਸੇ ਮਕਾਮ ਤੇ ਲੋੜ ਹੋਵੇ, ਇਹਨਾਂ ਗਜ਼ਾ ਦੇ ਮੁਸਲਮਾਨਾਂ ਵਾਸਤੇ, ਉਹਨਾਂ ਦੀ ਮਰਮ ਪੱਟੀ ਵਾਸਤੇ ਕੋਈ ਐਸਾ ਮਾਮਲਾ ਹੋਵੇ, ਤਾਂ ਬੇਸ਼ੱਕ ਆਰਮੀ ਦੇ ਜਵਾਨਾਂ ਨੂੰ ਨਾ ਭੇਜਿਆ ਜਾਵੇ, ਸ਼ੀਆਨ ਹੈਦਰ ਕਰਾਰ ਦੀ ਤਰਬੀਅਤ ਕੀਤੀ ਜਾਵੇ, ਜਾਨ ਦੇਣ ਵਾਸਤੇ ਖੂਨ ਦੇਣ ਵਾਸਤੇ ਤਿਆਰ ਹਨ। ਸੁੰਨੀ ਜਵਾਨ ਵੀ ਪਿੱਛੇ ਨਹੀਂ ਰਹਿਣਗੇ, ਉਹ ਵੀ ਪਿੱਛੇ ਨਹੀਂ ਰਹਿਣਗੇ, ਉਹ ਤਾਂ ਫਿਰ ਪੂਰੇ ਬਹੁਤ ਬੜੀ ਤਾਦਾਦ ਹੈ ਜਵਾਨੋ ਇਸ ਮੁਲਕ ਦੇ ਅੰਦਰ। ਕੋਈ ਵੀ ਮੁਸਲਮਾਨ ਕੁਝ ਦਿਨਾਂ ਤੱਕ ਇਹ ਜੁਮਲਾ ਵੀ ਛੋੜ ਹੀ ਦੇਣਾ ਜਵਾਨੋ, ਸ਼ੀਆ ਸੁੰਨੀ ਵਾਲਾ ਵੀ ਛੱਡ ਹੀ ਦੇਣਾ ਜਵਾਨੋ, ਇਹਦੇ ਤੇ ਵੀ ਦੋ ਨਜ਼ਰੀਆਤ ਹੋ ਤਾਂ ਜਾਂਦੇ ਨਾ ਜਵਾਨੋ। ਔਰ ਯਾਦ ਰੱਖਿਆ ਜਵਾਨੋ, ਬੰਦਾ ਮੁਸਲਮਾਨ ਹੋ ਹੀ ਨਹੀਂ ਸਕਦਾ ਜਿਹੜਾ 14 ਤੇ ਸ਼ੱਕ ਕਰੇ, ਜਿਹੜਾ ਅਲੀ ਤੇ ਸ਼ੱਕ ਕਰੇ, ਜ਼ਹਰਾ ਤੇ ਸ਼ੱਕ ਕਰੇ, ਮਿਲ ਕੇ ਹੈਦਰੀ ਹਸਨ ਹੁਸੈਨ ਤੇ ਸ਼ੱਕ ਕਰੇ, ਉਹ ਕਿਵੇਂ ਮੁਸਲਮਾਨ ਹੈ ਮੇਰੇ ਭਾਈ? ਉਹ ਕੋਈ ਮੁਸਲਮਾਨ ਨਹੀਂ ਜਿਹੜਾ ਇਸਲਾਮ ਦੀ ਬੁਨਿਆਦ ਨੂੰ, ਇਸਲਾਮ ਦੀ ਅਸਾਸ ਨੂੰ ਛੋੜ ਗਿਆ ਮੇਰੇ ਜਵਾਨਾਂ, ਉਹ ਕਿਵੇਂ ਮੁਸਲਮਾਨ ਹੋ ਸਕਦਾ? ਜਿਹੜਾ ਕੁਰਾਨ ਤੇ ਸ਼ੱਕ ਕਰੇ, ਆਲੇ ਮੁਹੰਮਦ ਤੇ ਸ਼ੱਕ ਕਰਨਾ ਕੁਰਾਨ ਤੇ ਸ਼ੱਕ ਕਰਨ ਦੇ ਬਰਾਬਰ।
رب بھی نان دی تطہیر قرآن اچ کیتی ہے تے رب اجر منگیا کل لا اسالکم علیہ اجرا الا المودت فی القربا راہ دو ان جوانوں دو ہی راہ ایک حق کے ایک باطل ہے برے نو برا آکھو کم از کم جیڑے پلیٹ فارم تے جیڑا تواڈے کول میدان ہے جیڑا اقتدار ہے ویڑا ہے گلی ہے بازار ہے یونین کونسل ہے ایک ہلکا جوانوں ایک بڑا ہلکا جوانوں ایک منسٹری ایک پاور ہے انہیں استعمال کرو کم از کم برے نو برا آکھو لوگ برے نو برا آکھنا چھڈ گئے لوگ برے نو برا آکھنا چھڈ گئے تے بریاں دی ہمت ودھ گئی ہے اگے بندے کوئی عیب کر لوے نا تے عیب دنیا تے کھل جاوے آ تے او بندے کجر سے واسطے لوگ چھڈ دیندے آن بھئی اکھا کیویں ملاواں علاقے دے معززین نال میں جو جرم کیتا میں عیب کیتا ہن او گل ختم ہو گئی ہے ہن جیڑا بندہ جرم کردا ہے او اتنا ڈھیٹ ہو کے سامنے ہوندا ہے ہوندا نا انسان نو کوئی ہویا گلٹی فیل ہویا یہ شرم محسوس ہوئی ہے او کھاتا ختم ہو گیا جوانوں تے حیا نہیں ہے تے مسلمان نہیں ہے تھوڑا جہا وقت ملیا لما چوڑا وقت نہیں ملیا تن مین جوانوں تھوڑا جہا وقت ملے اندر چ اپنا کرتب وکھاونا ہے تساں اپنی لام دسنی اپنا پاسا دسنا ہے بھی کیڑے نال ہو حق نال یا باطل نال کھیڑ نہیں مکنی تیرے میرے تو نہیں یہ فتنے اٹھ دے رہے ہیں یہ مکنی ادو جدو اس مکاونی ہے دریا اے حق باطل دی لڑائی اس وچ اسا اپنا کردار وکھانا کہ اسی کیڑے گھر نہ لاں حمایت کرو تردید کرو ظالم دے خلاف بولو اولاد نو پہچان کراؤ ظالم دی دسو اسلام دے دشمن دسو کہ کون ان دین دے دشمن لوڑ نہیں ہے اس حق دے نظام نو کوئی تیرا میرا محتاج نہیں ہے بھی گل ذہن وچ رکھیا ہے جوانا ہو کوئی اسلام اڈیک وچ نہیں کھلوتا 72 نال نہ وی ہوندے نا تے تاں وی کربلا والا پیڑ حسین دا ہائی ہاں ہاں یہ تو جوانو 72 تر گئے حسین ابن علی نال رل کے نہ ٹریا کوئی تے تاں بھی کربلا دا پیڑ حسین ابن علی دے نائی بدر اوہد خیبر خندق حنین اے سیر علی دے سیران جوانا اصحاب کرام رضوان اللہ اجمعین جنہ جنگاں دے شہادتاں پیش کیتی ہیں سیر انہاں دے سیران جوانا ہو حق انتظا حق موقع دیندا ہے سرفراز ہون دا اے کھا دو اے شگل تماشے دنیا دے وے جڑے انسان کر رہے ہیں تے کھا پی رہے ہیں نا او کھا دا پیتا حلال کرن کان حق ایک موقع دیندہ ہے حق ایک موقع دیندہ ہے جوانو انجام جے سنا دین انجام بخیر ہوئے اسلام میں چس بندے دی عزت نہیں ہوں دی جوانو کہ جس دا ابتدائی زمانہ بڑا پارسائی نل گزرے ہوئے تے مرن لگے ہیں برائیے چاہ گئے ہوئے بے حیائیے چاہ گئے ہوئے تو اسلام دی نگاہ وے جو اچھا نہیں ہے انجام اچھا نہیں ہے تو بندہ اچھا نہیں ہے اسلام دی نظر وے جوانو اگر انجام بخیر بندے دا نہیں ہویا ساری زندگی ہو عبادت کردا رہا ہے تے آخری حصے جو موت لے منکر ہو گیا ہے اتھے مکمل احادیث موجود ہیں معصومین علیہ الصلوۃ والسلام دیا مولا نے فرمایا رسالت مآب صلی اللہ تعالی علیہ وآلہ وسلم نے سننا کی فرمایا مولا نے فرمایا کہ بہترین امور ہوئن حدیث کا ترجمہ کر رہے ہیں بہترین امور کم بہترین امور ہوئن کے جناندہ انجام اچھا ہوئے کام ایک نو شروع کیتا گیا ہے کام اچھا ہے لیکن اس دا انجام اچھا نہیں ہویا زندگی ایک دا آغاز کیتا گیا ہے مگر انجام اچھا نہیں ہویا تو حضور فرمائے بھی انجام اچھا نہیں ہویا تو لہذا امور کم اچھا نہیں ہے امیر المومنین تو پوچھا گیا ایسے بارے شہنشاہ بڑی سنن علی مجلے سے نال لے جانا ہے تو اڈے مقدر نو شروع ہو گئی ہے امیر المومنین تو پوچھا گیا کہ مولا
انجام دی حقیقت کی ہے. مولا فرمایا اصل حقیقت جڑی نیکی دی ہے یہ کہ انجام بھی نیکی ہووے. آئے ہائے ہائے نیکی دی جڑی اصل ہے نیکی دی جڑی حقیقت ہے وہ یہی ہے کہ انجام بھی نیکی ہووے. اور مولا فرمایا بدی دی بھی حقیقت ہے یہ کہ اگر اس دا انجام بدی تے ہویا تے تاں وہ بدی شمار ہونی ہے. میں اگلے دن ایک فرمان پڑھے لکھیو بھی کسی امام بارگاہ چاہیے من یاد ہے کھبی دیوار تو لکھی ہوئی تے فرمان بھی امام تقی علیہ السلام دا سیال کوٹ دی ایک مجلس وچ میں پڑھیا ہے امام جواد علیہ السلام دا نال لے جانا مولا کی فرما رہے ہیں. اور سلسلہ تبلیغات جامع کوثر دی ویب سائٹ دے اتنے بھی جواب نے جملہ پڑھے ہے جڑا ہوں تھوڑے حوالے کرنا چاہنا. امام دے سامنے بندے سوال کی تو مولا فرمائے ایک واری سبحان اللہ کو نہ ایک واری تے اللہ جنت چ ایک درخت لیند اس واسطے اللہ تعالیٰ بندہ آکھے اللہ تعالیٰ خوشی و خضو نہ لکھے تو اس واسطے جنت درخت لگتا ہے تو ساکے خوش ہو کیا کہ مولا مڑ ساڈے تا ڈھیر سارے لگے ہوئے تو امام جواد فرمائے لگے ہوئے ڈھیر سارے ساڑ نہ لو. آئے 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 خدا آباد رکھے تو ان جوانوں مل کے نعرہ حیدریہ علیہ. مولا فرمایا جلا نہ لویں مولا فرمایا اپنے اعمال نو جلا نہ لویں اللہ دی نافرمانی کر کے حضور دی نافرمانی کر کے دین دی نافرمانی کر کے او لگیو باغات او لگیو درخت او جلا نہ لویں. فرمایا کم او اچھا ہے جس دا انجام اچھا ہے. ساڈے علاقے دا کھان نہیں کہاوت نہیں بے شاللہ اخیر چنگی ہووے شاللہ اخیر نہ ماڑی ہووے. ایک اور فرمان سنا میں اسے ہوتے اور فرمان سنو مولا علی علیہ السلام دا مولا اپنے بیٹے نو بیٹے دا نا نہیں اس روایت اچ نا نہیں اتنا ہے کہ مولا اپنے بیٹے نے فرمایا بیٹے سارے ہی کمال ہیں علی دے. ہائے ہائے پتر سارے ہی لاجواب ہیں علی ابن ابی طالب دے باپ جو علی ہے پیو علی ہوئے تو پتر لا جواب ہوں دے نا. تو مولا نے اپنے بیٹن جڑا جملہ کے جوانوں یہ توڑا حصہ ہے یہی توڑا حصہ ہے جڑا پہنچان کان میں سفر کردہ باقی مضمون نظام اے چل دیں سارے معاملے اے حصہ ہے جڑا پہنچان کان میں سفر کردہ تو توڑے تک ہونا ان کھلے متھے قبول کرنا ہے. بڑی وڈی گل کی تھی امیر المومنین مولا فرمائے میرا بیٹا کسے بھی گنہگار نو علی فرما رہے ہیں کسے بھی گناہگار نو نا امید نہ کرنا. مل پہ جونا ہے مل پہ جونا ہے علی بادشاہ دے گلے کلام تے سیا سنی جوانوں مل پونا اپنے بیٹن فرما رہے ہیں کہ اے بیٹا کسے بھی گناہگار نو نا امید نہ کرنا بہت سارے گناہگار ایسے گزریں جنہاں دا انجام چنگا ہویا ہے. بہت سارے گناہگار بسم اللہ حیدری آئے گور نہیں کیتا نیاز الدیان ہو گئے سارے ہیں دگلے میں آباد رہو میرے بھائی خدا آباد رکھے تائید دی لوڑ ہے جوان حیدری علی علیہ السلام فرما رہے ہیں کسے بھی گناہگار نو نا امید نہیں کرنا. مولا فرمائے ڈھیر سارے گناہگار ایسے گزریں جنہیں علی جاندہ ہے ڈھیر سارے گناہگار ایسے اس دن لا تعداد واقعات جوانوں موجود ہیں لا تعداد واقعات موجود ہیں. موسیٰ علیہ نبی علیہ السلام اپنے جھونپڑی چ بیٹھے اپنے گھر چ بیٹھے نال بہن بیٹھی ہے موسیٰ دی تے اللہ فرمایا بے موسیٰ او فلاں اروڑی اتے ایک فاشا عورت دا جنازہ پہ آئے بین نوا کو غسل کفن دے وے تے توں اس دا جنازہ پڑھا. کوئی نہیں سنے ہمیں کی آکھے مان نہ کریں اپنی ہی باتاں ہوتے مان نہ کریں اے اس قبول کرنی ہے انجام چنگا ہویا تے باتاں کم ہونی ہے انجام آخری گھڑی تک جڑے آن رانہ ہیں سحق نال اے نہیں بھی ایک دی مجلس پڑھ سن کے ایک دا فرض ادا کر کے تے ایک ٹائم دا سجدہ دے کے تے آکھنا کم پورا ہو گیا نہیں جے تائیں پولے سرات ٹپ نہ جاؤ مطمئن نہ ہونا. بولنا ہے نہ گلنا تے تو سب بولنا ہے حیدر ہی مہربانی بزرگ جے تائیں پولے سرات ٹپ نہ جاؤ مسلمانوں خطرہ موجود ہے
ਇਹ ਤਾਂ ਹੈ ਮਲਕਲ ਮੌਤ ਨਾਲ ਮੁਲਾਕਾਤ ਹੈ ਜ਼ਿੰਦਗੀ, ਇਹ ਤਾਂ ਆਗਾਜ਼, ਅਸੀਂ ਤਾਂ ਜੇ ਜ਼ਿੰਦਗੀ ਦੇ ਆਗਾਜ਼ ਇੱਚ ਸਾਰੇ। ਅਸਲ ਕਹਾਣੀ ਤੇਰੀ ਮੇਰੀ ਸ਼ੁਰੂ ਹੋਏ, ਕਿਸੇ ਦੇ 20 ਸਾਲ ਹੋ ਗਏ ਕਹਾਣੀ ਨੂੰ ਸ਼ੁਰੂ ਹੋਇਆ, ਜਿਹੜੀ ਕਰੋੜਾਂ ਸਾਲਾਂ ਤੋਂ ਦੁਨੀਆਂ ਆ ਰਹੀ ਹੈ, ਕਰੋੜਾਂ ਸਾਲਾਂ ਤੋਂ ਦੁਨੀਆਂ ਆ ਰਹੀ ਹੈ। ਉਸੇ ਤੇਰਾ ਮੇਰਾ ਕਿਤਨਾ ਹਿੱਸਾ ਜਵਾਰ ਨਾਲ, ਕਿਸੇ ਦਾ 20 ਸਾਲ, 10 ਸਾਲ, 20 ਸਾਲ, 30, 40, 50, 60, 100 ਸਾਲ ਦਾ ਹਿੱਸਾ ਉਸੇ ਢੇਰ ਤੋਂ ਢੇਰ। ਗੱਲ ਜੇ ਸ਼ੁਰੂ ਹੁੰਦੀ ਪਈ ਹੈ, ਫਿਰ ਅੱਗੇ ਤੇਰੇ ਦੀਨ ਦੇ ਮੁਤਾਬਿਕ ਮਲਕਲ ਮੌਤ ਨਾਲ ਮੁਲਾਕਾਤ, ਮੋੜੇ ਕਬਰ ਤੇ ਕਬਰ ਏ ਕਿਆਮਤ ਤਾਈ, ਹਾਏ ਹਾਏ ਹਾਏ, ਕਬਰ ਏ ਕਿਆਮਤ ਤੱਕ ਤੇ ਚਾਨਣ ਉੱਥੇ ਇਸ ਵਾਬਡਾ ਦਾ ਨਹੀਂ ਹੈ, ਹਾਏ ਹਾਏ ਹਾਏ, ਚਾਨਣ ਉੱਥੇ ਅਮਾਲ ਦਾ ਹੈ, ਅਮਲ ਦਾ ਚਾਨਣ ਹੈ ਉੱਥੇ, ਯਾ ਹਮੇਸ਼ਾ ਦਾ ਹਨੇਰਾ ਯਾ ਹਮੇਸ਼ਾ ਦਾ ਚਾਨਣ, ਤੇ ਅਮਲ ਦੇ ਮੁਤਾਬਿਕ ਉੱਥੇ ਬਰਜ਼ਖ, ਯਾ ਅੱਛੀ ਯਾ ਬੁਰੀ। ਯਾਦ ਰੱਖ, ਅਲਕਾਰੀਆ ਤੁਮ ਅਲਕਾਰੀਆ ਵਮਾ ਅਦਰਾਕਾ ਮਲਕਾਰੀਆ, ਯੌਮ ਯਕੂਨੁ ਅਨਾਸੁ ਕਲ ਫਰਾਸ਼ਿਲ ਮਬਸੂਸ ਵਤਕੂਨੁ ਅਲ ਜਿਬਾਲੁ ਕਲ ਇਹਨਿਲ ਮਨਫੂਸ਼ ਫਅਮਾ ਮਨ ਸਕੁਲਤ ਮਵਾਜ਼ੀਨੁ ਫਹੁਵਾ ਫੀ ਈਸ਼ਤਿਰ ਰਾਜ਼ੀਆ। ਫਰਮਾਇਆ ਸਾਰਿਆਂ ਐਸ਼ ਚ ਨਹੀਂ ਹੋਣਾ, ਅਮਾਲ ਦਾ ਪਲੜਾ ਭਾਰੀ ਹੋਇਆ ਤਾਂ ਐਸ਼ ਚ ਹੋਣਾ ਹੈ। ਕੁਰਾਨ ਦੀ ਮੰਨੀਏ ਜਾਂ ਜ਼ਮਾਨੇ ਦੀ ਮੰਨੀਏ, فَهُوَ فِي عِيشَةٍ رَاضِيَةٍ وَأَمَّا مَنْ خَفَّتْ مَوَازِينُهُ، اور جس دا وزن دا پلڑا خفت، خفی، بھاری، ہلکا ہویا، ہلکا، فَأُمُّ هَاوِيَةٍ، او ہاویہ چھوڑا ہے، اے کی گرمی ہے تو کچھ بھی نہیں، ایو جیاں تو اتھے ہواواں ٹھڈیاں گلدیاں نے، ایڈیاں تتیاں اتھے ٹھڈیاں گلدیاں نے، ਅੱਜ ਲੋ ਨਹੀਂ ਆ ਦੇ ਤਿਆ ਮੂੰਹ ਉੱਤੇ ਸਾਫਾ ਦਸਤਾਰ ਪੱਗ ਰੱਖ ਲੈਂਦੇ ਹਾਂ ਬਈ ਲੋ ਗੁੱਲੀ ਹੋਈ, ਇਹ ਉੱਥੋਂ ਦੀ ਠੱਡੀ ਏ, ਖਾਣਾ ਜਿਹੜਾ ਉੱਥੋਂ ਦਾ ਉਹ ਕਾਂਟੇਦਾਰ ਤੇ ਫਸ ਜਾਂਦਾ ਏ। ਅੱਜ ਦਾ ਮੁਸਲਮਾਨ ਤਾਂ ਪਨਾਹ ਹੀ ਨਹੀਂ ਮੰਗਦਾ। ਇੱਕ ਦਿਨ ਨੇ ਯਾਦ ਕਰੀਏ ਕਿ ਮੇਰੇ ਸਮੇਤ ਬਈ ਕਿਤਨੀ ਵਾਰੀ ਜਹੰਨਮ ਤੋਂ ਪਨਾਹ ਮੰਗਦੇ ਹਾਂ, ਕਿਤਨੀ ਵਾਰੀ ਆਖਦੇ ਅੱਲਾਹੁਮਾ ਅਜਰਨੀ ਮਿਨ ਅਨਾਰ, ਕਿਤਨੀ ਵਾਰੀ ਆਖਦੇ ਹਾਂ ਅੱਲਾਹੁਮਾ ਇਨੀ ਅਸਾਲੁਕਲ ਜੰਨਾ, ਕਿਤਨੀ ਵਾਰੀ ਜੰਨਤ ਦਾ ਸਵਾਲ ਕਰਦੇ ਹੋ ਅੱਲਾ ਦੀ ਬਾਰਗਾਹ ਚ। ਨਾ ਲਿਖਾਈ ਆਓ, ਨਾ ਲਿਖਾਈ ਆਓ, ਹੋਲੀਏ ਤੇ ਵਰਦੀਆਂ ਮੁਸਲਮਾਨੋ ਵਟਾਈ ਆਓ, ਨਾਰੇ ਬਣਾਈ ਆਓ ਤੇ ਨਾਰੇ ਲਵਾਈ ਆਓ ਤੇ ਵਿੱਚ ਭਾਵੇਂ ਕੁਝ ਹੋਵੇ ਤੇ ਭਾਵੇਂ ਨਾ। ਯਾਦ ਰੱਖਾ ਅਖੀਰ ਅੱਛਾ ਹੋਵੇ। ਅਲੀ ਫਰਮਾਇਆ ਕਈ ਗੁਨਾਹਗਾਰਾਂ ਨੂੰ ਅਲੀ ਜਾਣਦਾ ਹੈ, ਜਿਨ੍ਹਾਂ ਦਾ ਅੰਜਾਮ ਚੰਗਾ ਹੋਇਆ ਹੈ। ਅਲੀ ਫਰਮਾਇਆ ਕਈ ਖੁਸ਼ ਕਿਰਦਾਰਾਂ ਨੂੰ ਵੀ ਅਲੀ ਜਾਣਦਾ ਹੈ, ਜਿਨ੍ਹਾਂ ਦਾ ਅੰਜਾਮ ਭੈੜਾ ਹੋਇਆ ਤੇ ਜਹੰਨਮ ਵਿੱਚ ਪਛੜਦੇ ਹਨ। ਉਸੇ ਤੋਂ ਨਬੂਅਤ ਦੇ ਖਾਨਦਾਨ ਮਿਲ ਜਾਣਗੇ ਜਵਾਨੋ, ਨਬੀਆਂ ਦੀਆਂ ਬੀਵੀਆਂ ਮਿਲ ਜਾਣਗੀਆਂ, ਨਬੀਆਂ ਦੇ ਪੁੱਤਰ ਮਿਲ ਜਾਣਗੇ। ਅਖੀਰ ਚੰਗਾ ਨਹੀਂ ਹੋਇਆ, ਹਾਏ ਹਾਏ ਹਾਏ, ਪਰੇਸ਼ਾਨ ਹੋ ਗਏ ਹੋ ਸਾਰੇ। ਹਰ ਪਲ ਹੱਕ ਨਾਲ ਜੁੜਿਆ ਰਹਿਣਾ, ਇਹ ਨਹੀਂ ਹੈ ਬਈ ਇੱਕ ਦਿਨ ਹੱਕ ਨਾਲ ਗੁਜ਼ਾਰ ਕੇ ਤੇ ਇੱਕ ਸਜਦਾ ਕਰਕੇ, ਨਾ 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 ਨਾ, ਨਸਣਾ ਨਹੀਂ, ਫਰਾਰ ਦਾ ਤਾਂ ਮੈਦਾਨ ਹੈ ਹੀ ਨਹੀਂ, ਇਹ ਤਾਂ ਕਰਾਰ ਦਾ ਪੇੜੇ, ਗੈਰੇ ਫਰਾਰ ਦਾ ਪੇੜੇ, ਇਹ ਤੂੰ ਨਸਣਾ ਨਹੀਂ, ਭਜਣਾ, ਹੱਕ ਨਾਲ ਜੁੜਿਆ ਰਹਿਣਾ, ਤਾਂ ਤੂੰ ਹੈ ਮੁਸਲਮਾਨ। ਮੁਸਲਮਾਨ ਦਾ ਤਾਜ, ਮੁਸਲਮਾਨ ਦੀ ਵਰਦੀ ਕੋਈ ਐਵੇਂ ਲੱਭ ਜਾਂਦੀ ਹੈ? ਮੇਰੀ ਗੁਫ਼ਤਗੂ ਤੂੰ ਘਬਰਾਤ ਨਾ ਰਹੇ, ਪਹੁੰਚ ਰਹੀ ਹੈ ਮੇਰੀ ਇਹ ਬਾਤਾਂ ਜਵਾਲੋਂ। ਅੱਲਾ ਫਰਮਾਏ ਉਠਾ ਭੈਣ ਨੂੰ ਨਾਲ ਲੈ ਜਾ ਕੇ ਦਫਨਾ, ਖੂਹ ਕੋਲ ਪਈਏ, ਖਰਾਬੇ ਵਿੱਚ ਪਈਏ, ਕਰੂੜੀ ਤੇ ਪਈਏ, ਹੈ ਫਹਾਸ਼ਾ, ਬਦਕਾਰੀ ਕੀਤੀ ਹੈ ਸਾਰੀ ਜ਼ਿੰਦਗੀ, ਮੇਰੀਆਂ ਹੱਦਾਂ ਨੂੰ ਤੋੜਦੀ ਰਹੀ ਹੈ, ਨਾ ਫਰਮਾਨੀ ਕਰਦੀ ਆਈ ਮੇਰੇ ਹੁਕਮ ਦੀ, ਪਰ ਅੱਜ ਮੈਂ ਰਾਜ਼ੀ ਹਾਂ। ਹਾਏ ਹਾਏ, ਉਸ ਦੇ ਨਾਂ ਨਾਲ ਲੱਗਦਾ ਹੈ ਰਹੀਮ, ਉਸ ਦੇ ਨਾਮ ਨਾਲ ਲੱਗਦਾ ਹੈ ਤਵਾਬ, ਉਸ ਦੇ ਨਾਮ ਨਾਲ ਉਹਦੀ ਸਿਫਤ ਬੁਰਹਾਨ, ਉਸ ਦੀ ਸਿਫਤ ਅਜ਼ੀਜ਼, ਉਸ ਅਲਾ ਕੁੱਲੇ ਸ਼ੈਨ ਕਦੀਰ ਦੀ ਸਿਫਤ ਕਰੀਮ। ਖਾਲਿਕ ਫਰਮਾਇਆ ਬੁਰਾਈ ਦੇ ਇਰਾਦੇ ਨਾਲ ਜਾ ਰਹੀ ਆਈ ਤੇ ਖੂਹ ਕੋਲੋਂ ਇਸ ਦਾ ਗੁਜ਼ਰ ਹੋਇਆ,
تے خوہ دے کول میں صدقے جاواں، میرا اللہ میری یہ تائید قبول کر، میرا اللہ میرا جملہ اپنی بارگاہ وچ قبول کر، تیری عزت تیری عظمت، دیر بڑی ہو گئی ہے، زندگی گزری جیڑی گزری نا ہنیرے چ گزری ہے، بڑے زندگی دے پل ضائع کیتے نے اس فنا دی دنیا جوانوں، ایک ایک پل دا ارمان ہوندا ہے جوانوں، ایڈی وڈی ذات ایڈا وڈا سسٹم ایڈا وڈا پاک دین اسلام، بڑی دیر ہو گئی ہے اوندے اوندے، پتہ نہیں اگلا پل ہے یا نہیں، کل والا دن ہے یا نہیں، اس وجہ تو جوانوں آخ رہے ہیں، بڑا عظیم سلسلہ ہے، پتہ ہے جڑا جڑے ٹورے نے سراہ تے یا جڑے ویکھ رہے نے سراہ، انہاں نوں پتہ ہے کسے کتنا لطف ہے، یقین دی منزل ہے، خالق فرم بخشن اس دا مزاج ویکھی، مزاج تو مڑ کمال ہی ہونا ہے نا، جس دا بندہ حسین ہے، جس دا بندہ علی ہے، جس دا بندہ مصطفیٰ ہے، انہاں دا رب کی ہوئے گا جوانا ہو، حیدری آ جائے، غور کرو جی، فرمایا ہے خوہ دے کول ایک تسا کتا بیٹھا ہی، خوہ دے کول جانور آئی کھوج ڈھوے تا موت، آپ پانی کان کوشش نہیں کر سکتا، بیٹھا کول آئی، اس دے دل وچ خیال آیا بھائی یہ تسا ہے پیاسا ہے، کوئی مذہب عقیدہ نہیں اس دا لکھے ہویا، قصص الانبیاء دے اندر کوئی مذہب عقیدہ نہیں اس دا لکھے ہویا، جوار نو ایتھے رولے مذہب تے عقیدے آندن، رب نو راضی کرنا ہی ہارا جویں ہوندے رب منا، مرشد جن منے اس مرشد نو منا، مرشد ہوندا ہی ہوئے جڑا حق دا راہ دسے، جڑا برائی دا راہ دسے یا برائی اچ نال بیٹھا ہوئے او شیطان ہی، مرشد نو او بھی تو بندے ہیں میرے شیعہ سنی بھائیو جڑے شیطان نو مرشد مندے ہیں یا نہیں، آئے آئے آ، جتنے ٹھگ باز ہیں جتنے ملاوٹ والے ہیں جتنے ظالم ہیں، انہاں دا کون مرشد ہے؟ کوئی ہوئی نہ مرشد ہے، اللہ تے نہ منیا نہیں، اللہ دی حجت نو تے نہ حجت نو مندے تے ظلم کر دے، بربریت کر دے، حق تل پڑھنا ہے زور دول، وقت بھی شروع ہونا لے میرے شیعہ سنی جوانو، برے نو برا آکھو، اچھے ری حمایت کرو، بابانگے دوہل دلیری نال، مسلمان تے بج دلی جوڑی کوئی نہیں، آج نہ سرداراں دے گھر چ بیٹھے ہوئے سارے بے مثال نے، اے مینار ان شجاعت دے، انہاں دا 6 مہینے دا وی میدان چ بولدا پے ہوئے تے لگدا ہے علی بول رہیا، جنہاں دا 6 ماہ دا انج بولے انہاں دا 32 سالاں دا کیویں بولدا ہو سکدا، تو اس اسلام نال خاتمہ بالخیر ہوئے، خاتمہ انجام اچھا نہیں ہویا، جا جا تے شیطان چاند ہے بسکل اس دیا نیکیاں اس دیا مال، جنازے نال بندہ ہس پوے تو حدیث دے جملے جوانو، آقا علیہ السلام فرمائے زندگی دے امال حبت، تکبر دی وجہ تو مجھتے حد چا مارے اس تے زندگی دے امال ختم، اے دینے اس دین وچ اللہ اپنے پیروکار تے اس دین تے عمل کرنا دی ہر حرکت تے نظر رکھی جاندی ہے، بھئی کدوں اس وچ کمی نہ ہوئے، غلام وچ کمی ہوئے نا تے مالک وچ کمی ہو جاندی ہے، یاد رکھا ہے جوانو، اے دین اسلام، اس واسطے اس دی مدد کرو، ہن اس دی مدد تساں اپنی کرنی ہے، اسلام دی کسے کی مدد کرنی ہے، وڈے تو وڈا لانتی کڈ کے ہر دور شیطان لے آندا ہے اس حق دے مقابلے وچ، وڈے تو وڈا لانتی وڈے تو وڈا ملعون کڈ کے ہمیشہ اس حق دے مقابلے وچ باطل دے سامنے باطل بنا کے حق دے سامنے اس کھلا رہا ہے، اس دے بھی وقت کیا کہنے، پہلے ازمائش کردا ہے، کچھ عرصہ ازمائش دا ہوندا ہے، جنہ وچ عذاب رکے راندن، طوفان رکے راندن، مصیبتاں رکیاں راندیاں، بیماریاں رکیاں راندیاں، اجتماعی کٹھیاں موتاں رکیاں راندیاں، اس وچ امتحان ہو رہا ہوندا ہے، اس وچ ونڈ ہو رہی ہوندی، چھاننا لگا ہوندا ہے توحید دا بندیاں تے، آ جڑے جوانو جڑے اتنیاں نافرمانیاں دے باوجود بھی اجے جڑا سکون ہے جوانو، عذاب نہیں آیا، اس تے کل گل کراں گا کہ عذاب کیوں نہیں آ رہے، اے چھاننا لگا ہوا ہے، اے ازمائش ہو رہی ہے،
ਖਾਣ ਪੀਣ ਵਾਲੇ ਖਾਣ ਪੀਣ ਤੇ ਲੱਗੇ ਹੋਏ ਨੇ, ਸ਼ੁਗਲਾਂ ਵਾਲੇ ਸ਼ੁਗਲਾਂ ਤੇ ਲੱਗੇ ਹੋਏ ਨੇ, ਦੁਨੀਆ ਵਾਲੇ ਦੁਨੀਆ ਤੇ ਲੱਗੇ ਹੋਏ ਨੇ, ਫਨਾ ਵਾਲੇ ਫਨਾ ਤੇ ਲੱਗੇ ਹੋਏ ਨੇ, ਛਾਨਣਾ ਸਲੇ ਚ ਲੱਗੇ ਹੋਏ ਰੱਬ ਦਾ ਉਹ ਸਲਾਹ ਕੁੱਲੇ ਸ਼ੈਨ ਕਦੀਰ। ਜਦੋਂ ਪਤਾ ਲੱਗ ਜਾਂਦਾ ਨਾ ਵੀ ਹੁਣ ਇਹਨਾਂ ਲੋਕਾਂ ਵਿੱਚ ਇਹਨਾਂ ਉਮਤਾਂ ਵਿੱਚ ਕੋਈ ਵੀ ਹੱਕ ਦੇ ਨਾਲ ਖਲੋਣ ਵਾਲਾ ਨਹੀਂ ਰਹਿ ਗਿਆ, ਉਹ ਵਕਤ ਇੰਤਜ਼ਾਮ ਐਸਾ ਕਰਦਾ ਕਿ ਪਿਛਲੀਆਂ ਆਉਣ ਵਾਲੀਆਂ ਨਸਲਾਂ ਉਸ ਦੇ ਹੱਕ ਦੇ ਕਸੀਦੇ ਹੀ ਪੜਦੀਆਂ ਇਸ ਦੁਨੀਆ ਤੋਂ ਜਾਂਦੀਆਂ। ਹੈ ਕੋਈ ਤਾਈ ਦਾ ਹੱਕ ਅਦਾ ਕਰੇ? ਯਾਦ ਰੱਖਿਆ, ਜੇ ਸ਼ੈਤਾਨ ਨਮਰੂਦ ਲੈ ਕੇ ਆਵੇ ਤੇ ਰਹਿਮਾਨ ਇਬਰਾਹੀਮ ਲੈ ਕੇ ਆਉਂਦਾ ਹੈ, ਸ਼ੈਤਾਨ ਫਿਰਾਉਣ ਲੈ ਕੇ ਆਵੇ ਤਾਂ ਰਹਿਮਾਨ ਮੂਸਾ ਲੈ ਕੇ ਆਉਂਦਾ ਹੈ। ਗੱਲ ਮੁਕਾਵਾਂ ਨਿੱਕੋ ਚਾਕਾ ਲਿਓ, ਸ਼ੈਤਾਨ ਯਜ਼ੀਦ ਲੈ ਕੇ ਆਵੇ ਤਾਂ ਰਹਿਮਾਨ ਹੁਸੈਨ ਲੈ ਕੇ ਆਉਂਦਾ। ਜ਼ਮਾਨੇ ਮਿਧਤ ਕਰਦੇ ਜਾਂਦੇ ਨੇ ਹੁਸੈਨ ਇਬਨ ਅਲੀ ਦੇ, ਕਲਮਾ ਉੱਠਦੀ ਆ ਰਾਸਣ, ਕਲਮਾ ਲਿਖਦੀ ਆ ਰਾਸਣ, ਆਵਾਜ਼ ਬੁਲੰਦ ਹੁੰਦੇ ਰਾਸਣ, ਚੀਆ ਚੁੱਲੀ ਜਵਾਨਾ ਹੋ, ਜ਼ਮਾਨੇ ਹੁਸੈਨ ਦੇ ਹੋਣਗੇ ਜਵਾਨੋ, ਕਲਮ ਹੁਸੈਨ ਦੇ ਹੋਣਗੇ, ਫਿਕਰ ਹੁਸੈਨ ਦੀ ਹੋਵੇਗੀ ਜਵਾਨੋ। ਲੋਕ ਮਜ਼ਮਾਂ ਦੀ ਕੈਦ ਤਰੋੜ ਕੇ, ਕੀਦਿਆਂ ਦੀ ਕੈਦ ਤਰੋੜ ਕੇ ਅਕਸਰ ਲੱਭੈਕ ਯਾ ਹੁਸੈਨ। ਸਹੀ ਲਿਖਿਆ ਕਿਸੇ ਮੁਫੱਕਰ ਨੇ, ਇਨਸਾਨ ਕੋ ਬੇਦਾਰ ਤੋ ਹੋ ਲੈਨੇ ਦੋ, ਹਰ ਕੌਮ ਪੁਕਾਰੇਗੀ ਹਮਾਰੇ ਹੈ ਹੁਸੈਨ। ਵਾਹ ਹੁਸੈਨ ਇਬਨ ਅਲੀ, ਕਿਆ ਕਹਿਣੇ ਮੇਰਾ ਮੌਲਾ। ਇਸਲਾਮ ਦੇ ਰਾਹ ਤੇ ਤੁਰਨ ਵਾਲਿਆਂ ਵਾਸਤੇ ਨਮੂਨਾ ਹਯਾਤ ਨੇ ਹੁਸੈਨ ਇਬਨ ਅਲੀ, ਨਾ ਫਰਮਾਨਾ ਵਾਸਤੇ ਨਹੀਂ, ਉਹ ਤਾਂ ਆਪਣੇ ਗੁਨਾਹ ਗਲਤੀਆਂ ਖਤਾਵਾਂ ਜਿਹੜੇ ਕਰਤੂਤ ਕੀਤੇ ਨੇ ਉਹ ਹੀ ਮਾਫ਼ ਕਰਾ ਕੇ ਟੁਰ ਜਾਣ ਤੇ ਉਹ ਹੀ ਬੜੀ ਗੱਲ ਹੈ। ਦੀਨ ਕਾਨ ਤਾਂ ਉਸ ਲੜਨਾ ਹੈ ਜਿਸ ਇਸ ਰਾਹ ਨੂੰ ਸਮਝਣਾ ਹੈ। ਕਿਸੇ ਨੂੰ ਵਾਜ਼ ਨਸੀਹਤ ਅਮਰ ਬਿਲ ਮਾਰੂਫ ਨਹੀਂ ਅਨਿਲ ਮੁਨਕਰ ਉਸ ਕਰਨਾ ਜਿਸ ਦਾ ਦਿਲ ਰੱਬ ਰੋਸ਼ਨ ਕਰਨਾ ਜਵਾਨਾਂ ਤੇ। ਹਿਦਾਇਤ ਉਸ ਆਪਣੇ ਕੋਲ ਰੱਖੇ, ਹਿਦਾਇਤ ਨਹੀਂ ਨਾ ਲੱਖੀ ਨਾ ਕਰੋੜੀ, ਹਿਦਾਇਤ ਨਹੀਂ ਜਵਾਨ, ਉਸ ਰਾਜ਼ੀ ਹੋਣਾ ਤਾਂ ਉਸ ਹਿਦਾਇਤ ਬਖਸ਼ੜੀ। ਐਸਾ ਸਜਦਾ ਕੀਤਾ ਜ਼ਹਰਾ ਦੇ ਲਾਲ ਤਪਦੀ ਹੋਈ ਰੇਤ ਉੱਤੇ, ਬੜੀ ਗਰਮੀ ਆਈ ਕਰਬਲਾ ਦੇ ਵੀ ਮੈਦਾਨ ਚ, ਤੁਹਾਡੇ ਕਣ ਬਾਨੀਆਂ ਛੱਤ ਲਵਾਈਏ, ਪੱਖੇ ਲਵਾਏ, ਹਵਾ ਵੀ ਖੁੱਲੀ ਹੋਈ ਏ, ਟਾਈਮ ਵੀ ਮੈਂ ਸੁਬਹ ਸੁਬਹ ਦੇ ਇਸੇ ਵਜ੍ਹਾ ਤੋਂ ਰੱਖਿਆ ਹੈ ਬਈ ਗਰਮੀ ਨਾ ਢੇਰ ਲੱਗੇ ਅਜ਼ਾਦਾਰਾਂ ਨੂੰ, ਦੂਰ ਕਰੀਬ ਤੋਂ ਨਾ ਸਫ਼ਰ ਕਰਕੇ ਆਉਣਾ ਹੈ, ਜ਼ਿਆਦਾ ਗਰਮੀ ਨਾ ਹੋ ਜਾਵੇ। ਇਹ ਆਸ਼ਿਕ ਦਾ ਕੰਮ ਹੈ ਮਿੱਟੀ ਤੇ ਬਾਣ, ਅੱਧਾ ਪਾ ਤੁਸੀਂ ਮੁਸਲਮਾਨ ਕਰ ਆਏ ਹੋ, ਅੱਧਾ ਰਹਿ ਗਿਆ ਜਵਾਨ, ਅੱਧਾ ਰਹਿ ਗਿਆ। ਜਦੋਂ ਉਹ ਹੋ ਜਾਣਾ ਨਾ ਜਵਾਨਾਂ, ਉਦੋਂ ਇਸਲਾਮ ਉਸ ਮਕਾਮ ਤੇ ਆ ਜਾਣਾ ਹੈ। ਇੱਕ ਜ਼ਮਾਨਾ ਹੀ ਜਵਾਨੋ ਕਿਸ ਦੁਨੀਆਂ ਦੇ ਉੱਤੇ ਮੁਸਲਮਾਨ ਹੁਕਮਰਾਨ ਹਨ, ਇਹ ਜਿਹੜੇ ਅੱਜ ਪੂਰੀ ਦੁਨੀਆਂ ਦੇ ਉੱਤੇ ਜਵਾਨੋ ਰੂਲ ਕਰ ਰਹੇ ਨੇ ਪੂਰੀ ਦੁਨੀਆਂ ਨੂੰ, ਇਹ ਗੁਲਾਮ ਹਨ ਮੁਸਲਮਾਨਾਂ ਦੇ ਜਵਾਨੋ। ਓਕਟਮ ਅੰਪਾਇਰ ਵੇਖ ਲਓ, ਪਰਸ਼ੀਅਨ ਅੰਪਾਇਰ ਵੇਖ ਲਓ, ਮੁਗਲਾਂ ਦੀ ਅੰਪਾਇਰ ਵੇਖ ਲਓ ਜਵਾਨੋ, ਇਹ ਪੂਰੀ ਦੁਨੀਆ ਸਭ ਤੋਂ ਬੜੀਆਂ, ਸਭ ਤੋਂ ਬੜੀ ਮਈਸ਼ਤ ਇਹਨਾਂ ਇਹਨਾਂ ਲੋਕਾਂ ਦੀ ਉਹ ਗੁਜ਼ਰੀ ਹੈ ਜਵਾਨੋ। ਪੂਰੀ ਸੋਚੀ ਸਮਝੀ ਸਕੀਮ ਦੇ ਤਹਿਤ ਜਵਾਨੋ ਇਸਲਾਮ ਦੀਆਂ ਬੁਨਿਆਦਾਂ ਨੂੰ ਖੋਖਲਾ ਕਰਨ ਦਾ ਪ੍ਰੋਗਰਾਮ ਬਣਾ ਕੇ ਆਏ ਇਸਤਾਮਾਰ। ਅਸਲ ਇਹ ਵੱਡੀ ਜੰਗ ਹੈ ਜਵਾਨੋ, ਇਹ ਜਿਹੜੇ ਸਨ ਥੱਲੇ ਮਾਮਲਾ ਨਜ਼ਰ ਆ ਰਹੇ, ਮਾਮਲਾ ਥੱਲੇ ਨਹੀਂ ਹਨ, ਇਹ ਆਲਮੀ ਤਾਕਤ ਆ ਜਵਾਨੋ। ਚਾਰ ਪੰਜ ਮੁਲਕ ਨੇ ਇਸ ਦੁਨੀਆਂ ਉੱਤੇ ਜਿਹੜੇ ਪੂਰੀ ਦੁਨੀਆਂ ਨੂੰ ਰੂਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਵਾਨੋ, ਔਰ ਕਰ ਵੀ ਰਹੇ ਨੇ, ਲਾਤਾਦਾਦ ਮੁਲਕ ਉਹਨਾਂ ਦੇ ਨਾਲ ਖਲੋਤੇ ਨੇ। ਅਸਾਂ ਆਪਣਾ ਰੋਲ ਅਦਾ ਕਰਨਾ, ਅਸਾਂ ਜ਼ਾਲਿਮ ਨੂੰ ਜ਼ਾਲਿਮ ਆਖਣਾ, ਨਹੀਂ ਮੈਦਾਨ ਪਿਆ ਲੱਭਦਾ, ਨਹੀਂ ਲੜ ਸਕਦੇ, ਨਹੀਂ ਬੰਦੂਕ ਚਾ ਸਕਦੇ, ਨਹੀਂ ਹਥਿਆਰ, ਬੁਰੇ ਨੂੰ ਬੁਰਾ ਆਖੋ ਜਵਾਨੋ, ਬੁਰੇ ਨੂੰ ਬੁਰਾ ਆਖੋ ਜਵਾਨੋ, ਨੱਛਾ ਨਾ ਆਖੋ। ਇਮਾਮ ਸਜਾਦ ਅਲੈਹਿ ਸਲਾਮ ਦੇ ਸਾਹਮਣੇ ਇੱਕ ਬੰਦਾ ਆਇਆ ਤੇ ਰੋਈ ਜਾਵੇ, ਮੌਲਾ ਫਰਮਾਇਆ ਰੋਂਦਾ ਕਿਉਂ ਹੈ? ਉਸ ਆਖਿਆ ਜੀ 9 ਲੱਖ ਚ ਮੈਂ ਵੀ ਆਂ, ਪਰ ਮੈਂ ਤੁਹਾਨੂੰ ਲੁੱਟਿਆ ਨਾ ਹੀ, ਨਾ ਮੈਂ ਮਾਰਿਆ ਹੀ, ਨਾ ਮੈਂ ਲੁੱਟਿਆ ਹੀ। ਸਜਾਦ ਫਰਮਾਇਆ ਠੀਕ ਹੈ, ਨਾ ਤੂੰ ਲੁੱਟਿਆ ਨਾ ਮਾਰਿਆ, ਪਰ 9 ਲੱਖ ਚ ਖਲੋ ਕੇ ਮੇਰੀਆਂ ਭੈਣਾਂ ਤਾਂ ਡਰਾਈਆਂ ਨੇ, ਆਏ ਤੂੰ ਇੱਕ ਵੀ ਇਹਦੇ ਖਲੋਤਾ ਹੋਇਆ ਤੇ ਸਹਾਰਾ ਹੋਣਾ ਹੀ ਨਾ ਦੀਦੀ। ਮੈਂ ਸਮਝਾ ਲਈ ਅਸਲ ਗੱਲ ਹੀ, ਮੌਲਾ ਆਖਿਰ ਚ ਕਰਾਈਏ ਮਜਲਿਸ, ਵੇਖੋ ਕਿੱਡੀ ਵੱਡੀ ਗੱਲ ਕਰਵਾਈਏ ਬਾਦਸ਼ਾਹ, ਕੈਸੀਅਤ ਯਾਦ ਹੀ ਨਹੀਂ ਆਈ, ਸਾਲਾ ਸਾਲ ਹੋ ਗਏ ਮੇਰੇ ਜ਼ਿਹਨ ਚ ਨਹੀਂ ਆਈ। ਮੌਲਾ ਫਰਮਾਇਆ 9 ਲੱਖ ਚ ਖਲੋ ਕੇ ਉਹਨਾਂ ਦੀ ਤਾਦਾਦ ਤਾਂ ਵਧਾਈ ਆਈ ਨਾ, ਤੇ ਮੇਰੀਆਂ ਭੈਣਾਂ ਤਾਂ ਡਰਾਈਆਂ ਨਹੀਂ ਨਾ। ਸਜਾਦ ਫਰਮਾਇਆ ਕੀ ਹੋ ਪਵਿਆ ਜੇ ਤੂੰ ਅਲੀ ਦੀਆਂ ਧੀਆਂ ਨਿਲਾਮ ਤੇ ਖਲਾਉਣ, ਸਹਾਰਾ ਤਾਂ ਹੁੰਦੇ ਆ, ਚਲੋ 9 ਲੱਖ ਚ ਕੋਈ ਤਾਂ ਹੈ ਜੇ ਨਵੀ ਦੀਆਂ ਧੀਆਂ ਦੀਆਂ ਚਾਦਰਾਂ ਦਾ ਅਹਿਸਾਸ ਅਹਿਸਾਸ ਕਰਨ ਵਾਲੇ ਆ ਬਣਦੇ ਨੇ ਜ਼ਮੀਨ ਤੇ, ਹਾਏ ਕਰਦੇ ਨੇ ਤੇ ਦੁਨੀਆਂ ਫਤਵੇ ਲੈਂਦੀ ਹੈ ਸ਼ੀਆ ਸੁਨੀਆਂ ਤੇ, ਬਈ ਕਿਉਂ ਰੋਂਦੇ ਨੇ ਬਈ, ਨਬੀ ਆਪ ਰੋਏ ਨ, ਜ਼ੁਲਮ ਦੇ ਖਿਲਾਫ ਉੱਠਿਆ ਕਬੀਲਾ,
حسین ابن علی چونکہ محافظ شریعت ہے ان اللہ قرآن چ ناندا کسی اٹھنا ہی نہ کسی دا رب ناندا پڑیا ہے ایویں نہیں مور دی سواری لبدی اگو 1600 میل نیزے دی چونج تے سیر ہووے نا تے تاں بان کان مورے نبوت لبدی ہے جوارنو ایویں نہیں نبی سجدے چ سیر چاہیے ہی نہیں پوری کائنات انتظار چ رہیے حسین لوے تے نبی سجدے چ سیر چاہے آئے کر کے رونا لیا تے 71 واری پڑھیے تے کتاباں دی حسین لتھ ہے تے رو کے دا نانا شریف بھار اتنا چاہندے جتنا لحال ہوں تو 71 واری تسبیح معراج پڑھیے میں دامی دی دیگر 72 نہ دیواں تے میں حسین کیوں آواں ویکھو جواب ویکھو حسین دی قربانی ویکھو کربلا وچ حسین بادشاہ دی قربان نبی دے لال دی قربان کچھ نہیں لگدا جوانو حسین ابن علی دا قاتل کی لگدا ہے او تے کافر ہے حسین ابن علی دا قاتل نبی امام معصوم دا جڑا قاتل ہے او عالم اسلام دے مطابق جوانو کافر ہے دین چ خارج ہے جڑا اللہ دی حجت نو مارے اینا کوئی ایک نو مارے ہے اینا ہر نو مارے ہے کر کے رو نال کوئی نہیں کھلوندا نال کوئی نہیں کھلوندا جوانا سید سجاد پورا سال رول دے رہن بازاراں وچ کدی اس بازار کدی اس بازار کدی کوفہ کدی اس کلان کدی شام بڑیاں اوکھیوں کی روایت نصیبت پڑھ دے نہیں اس وجہ تو میں کہ اس وجہ تو بھی نہیں پڑھدا بھی عبادت ہو چکی ادب نال جو نہ رولیا میں کدی وی یار نہیں پڑھیا میں 27 سال میں سوچیے نہیں کدی توہین دا پہلو کدی سوچیے ہی نہیں سوال ہی نہیں پیدا ہوندا میں کدی تہاڈی اکھ تے 14 دے درمیان آیا بھی نہیں میں اپنی ڈیوٹی دینا جویں حلالی ڈیوٹی دین دین اگو ہانج رونا ہے قسمت دی گل ہے تے رو کے اٹھدا ہے میں ویکھیا جڑا پوری زندگی نہیں رونا او وی آ کے آ دے اج میں وی رو پیا آئے کر کے رون والے آ گل رون تے مک جاندی اسی نہ رووی ہا گل اوکھی بن گئی ہے جدا بازاراں چلان کر کے آ دے ہیں باغی دیاں بھیناں آ گئی بد بھین ہر موڑ تے خطبہ پڑھ کے دس دیا لوگو باغی نہیں میں سجدے چ مرا کے آئی ویکھو الزام کیسا فرزندے رسول تے لائے الزام ویکھ لو ظالم دا الزام ویکھو جوانو الزام کی لایا جدو سفیر روم نے پوچھیا ہائے ہائے جدو سفیر روم نے پوچھے کل مصائب زیادہ پڑھیا جاسی امید ہے کل انشاءاللہ میں ہو سکتا ہے اپنے ٹائم تو بھی 10-15 منٹ پہلے کھلو جاواں اگر میں ٹائم تے پہنچ گیا تاکہ زیادہ زیادہ خدمت ہو جاوے اور زہرین دے وقت تک میں ممبر چھوڑ دیواں اج اس ایک روایت اکتفا کرنا چاہنا روم دے سفیر پوچھیا بھی کس نو مرائیے اے گلے جڑی سن کھا گئی ہے محافظ شریعت نو اے یزید پہ آدھا باغی مرائے ہے کیتی کر اس لفظ سے ضرور ہائے کیتی کر حمایت ہو جاندی ہے تیری حسین ابن علی نال اوے میں صدقے ہو جاؤں باغی مرایا ہے باغی دا نام آیا ہے تڑپیا ہے تڑپے بہنا بھی بڑیاں تڑپیاں اسا کہتے اس دا نا کی آئی اوے میں صدقے ہوا دا نا حسین حسین نا سید ہو جی جا سڑ دیئے جی تھیا گول دیئے نا حسین ہے اچھا نا حسین ہے اچھا ابن سجے کھبے وے کیا دا ابن علی علی دا نام آیا ہے عیسائی آئی عیسائی مسلمان نہ آئی اے پانچ عیسائی مریتن حسین نال کربلا آج تائیں جوانوں انہاں حیا بھی بڑا کیتا ہے اکثر دوراں دے اندر انہاں بازاراں وچ حیا کیتا ہے جوانوں قائم آل محمد جدو عیسیٰ علیہ السلام ظہور کرسن تے اپنے نبی نال رل کے قائم آل محمد دے لشکر وچ وی انہاں عیسائیاں دی ایک بہت بڑی تعداد نے شامل ہونا تاریخاں دے مطابق انج ملدا ہے اور اسے مسجد اقصی اسے جتھے اج قتل عام ہو رہے ہیں نا مسلماناں دا ساڈیاں بھیڑاں بھراواں دا ایتھے ہی ظہور کرنا ہی کعبے تو بعد ایتھے پہنچنا تیرے امام تے ایتھے جماعت ہونی ہے تے ایتھے عیسیٰ پیچھے آ کھلونا ہی قائم آل محمد دے اے تو حق باطل دا پیڑ شروع ہونا ہی تے پھر پرچم حق علی دے پتر لہرانا ہے پورے زمانے وچ تلوار علی دی ہونی ہے تے گردنا ظالماں دی ہونی ہے آئے کر کے رونا لے تے پوچھنا ہے او کی جرم اس بھین دا جندا بھرا مار دتا کی جرم اس ماں دا جندا جوان مرحبا جندا جوان پتر مار دتا آئے کر کے روما نالے ہو سکے ابن علی جگر تے ہاتھ رکھ کے پیادہ ہے شاللہ اے او حسین نہ ہوئے جدو آکھے نو حسین نہ ہوئے نال علی جڑے اس دے ہواری ہیں انہوں نے پوچھا کیڑا حسین ہو سکے شاللہ او مدینہ آلا آئے آئے آئے
اور جس دی شرافت دے معجزات اور بچیاں نوں سنائے جاندے ان شاء اللہ وہ نہ ہوئے اس آخیا نال لے اس آخیا پک کرنا ہی تین دی ماں دا نام پوچھ ماں دے نام تے پک ہو جانا ہے وہ یا کوئی ہو رہے اسی امام بارگاہ انہاں جملیاں تے ہلدے بیٹھے ہاں جی کچھ آکا لیا تیرا دل ضرور ہل جا سی عیسائی یاد ہے میں نام نہیں پوچھنا وہ نبی دی دھیے تے بندے شراب پہ پیندے وہ آئی آئی تے نجرانیاں ویکھیا پہاڑ ہل گیا اس دی ماں دا نام کیویں چاواں وہ نہ کہ مڑ دھوکھے چ نہ مری جاویں دھوکھے چ نہ مری جاویں پوچھ نہ کی آئی اس آخیا نہ کی آئی ابن علی اس آخیا ایک ہور گل پوچھ لینا قریب آ کے پیادا ہے تماشا بند کر او شراب پینے والیا شراب بند کر او شراب نو جائز قرار دینے والیا شراب بند کر تے دس مرایا جو ہائیا جرم کیڑا جرم سنی مسلمان جرم سنی تے گھر تے روندا جامی گھر جاسے دھیاں بہناں وچ وی ڈھا نکل جاسی اے ہن اللہ دے گھر وچ حاضر ہونا ہے نا سجدے چ ہانج نکل جاسی اے ظالم ہس کے آدا ہے حسین نماز نہیں پڑھدا بی بی آدی اماں میں زینب مرحبا مرحبا بی بی آدی اماں آج دے دی کان میں شام رل دی رہی ہاں بی بی آدی اماں ذرا ہٹ جا میں بلینیا میرا باغنا میرا نمازیا واہ 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 آئے کر کے رونا لیا لکھ لکھ سلام سائن فضا تیری عزت بھاویں بڑھڑے آئی بھرے دربار چ نو گھنٹے دا نروار یا چھتے گھنٹے دا نروار تھکنو گئے ماتمیوں تا پورے نروار چ بڑھڑے فضا بی بی دے اگوں نہ سجا پیر چایا ہے نہ کھبا پیر چایا امتا کہیں شرابی دی نگاہ زینب دے قدماں دا نشان بس دے تجگ تو بکھرے آئیں بس دے تجگ تو بکھرے آئیں او میں صدق ہو جاواں بی بی وین کر کے آدی اماں ہٹ جا میں بولے نیا میری سائن رسی گردن پھیر کے آدی اچا نہ بول شراب پیندے لی بی بی آدی اماں بھرا مارے گئے میری نسل مک گئی چادر لہ گئی تے دھیاں دا داج لٹایا آئے کر کے رونا لیا ہٹ گئی فضا بھرے دربار چلی دی دھی قدم ودھایا معافی صدا دیوے آئے آئے کر کے رونا لیا جنا لیا قدم ودھایا مسلمان ہسے عیسائیاں اکھاں بند کر لیا نا لالا مسلمان عیسائی دا موڈا ہلا کیا دا ہر کوئی ہس دے تو اکھاں نٹینا ہے رو کے آدھے انج پہی ٹر دیے جویں مبہل چ زہرا نبی دے دھی ٹریا حسن دی ماں یا سیدہ بڑی منظوری علی مجلس انج پہی ٹر دیے جویں مبہل علی زہرا مانگ دعا شالا نبی دے ویڑے نو خیر ہوئے اے شراب بھی آدھا ہے میں باغی مرایا بی بی آدھی ظالمہ میرا باغی نا میرا نمازیا اے ظالمہ دے کوئی گواہی تلیا او شیعہ سنیوں سن سو کیڑا گواہی بی بی رو کیا دیا جلدی کار شمار نو بلا شمر تو پوچھ لے جڈا مرین داری ہے میرا بھرا سجدے دی حالت جا اللہ آنسو قبول کری ہائے کر کے رونا لیا شمر بھجدا آیا نچدا آیا ہسدا آیا ہس ہس کے آدا مینو ہن گواہ بھی مکرے مینو کی پتا جدو میں مارن گیا حسین منہ دے بھارا او مسلمان اینو قاتل مکرے آئے آلیہ جلال چاہیے حقل مار کے آدھیے او جھانے مکر گیا ہے میں خنجر تو پوچھ دیواں مرحبا بی بی آدھی نان دی کہہ دینا نہیں میں رب دی رضا دی کہہ دینا
ਬੀਬੀ ਆਦੀ ਖੰਜਰ ਮੰਗਾ ਈਸਾਈ ਘਬਰਾ ਕਿਆ ਦਿਨ ਬੀਬੀ ਲੋਹਾ ਬੁਲੇ ਸੀ ਬੀਬੀ ਆਦੀ ਲੋਹਾ ਨਾ ਬੋਲੇ ਮੈਂ ਫਿਰਾ ਮਰਾ ਕੇ ਸ਼ਾਮ ਕਿਉਂ ਆਈਆ ਆਏ ਕਰਕੇ ਰੋਣ ਲਿਆ ਜੇ ਨਾ ਬਾਜ਼ਾਰਾਂ ਚ ਪੱਥਰ ਮਾਰੇ ਆਏ ਨੋਨਾ ਔਰਤਾਂ ਦੇ ਵਾਲ ਖੁੱਲ ਗਏ ਇੱਕੀ ਦੂਈ ਨੂੰ ਆਦਿ ਅੰਦਰ ਬਾਹਰ ਲਾਓ ਸੁਣਿਆ ਹੈ ਜੈਨੂੰ ਬਾਗੀ ਦੀ ਭੈਣ ਆਖਿਆ ਹੈ ਉਹ ਦਾਵਾ ਕੀਤੀ ਖਲੀਏ ਉਹ ਰੋਣ ਲਿਆ ਹਲ ਗਈ ਹੈ ਸ਼ਾਮ ਬੀਬੀ ਆਦਿ ਲੋਹਾ ਬੋਲ ਮੈਂ ਜ਼ਹਰਾ ਦੀ ਧੀਆ ਹੈ ਕੋਈ ਮਾਤਮ ਕਰਨ ਵਾਲਾ ਭਰੇ ਦਰਬਾਰ ਚ ਖੰਜਰ ਪਰਵਾਦ ਕੀਤਾ ਹੈ ਲੋਹੇ ਦੀਆਂ ਧਾਰਾਂ ਚ ਆਵਾਜ਼ ਆਇਆ ਮੈਂ ਚੱਲਦਾ ਰਿਹਾ ਉਹ ਗਰੀਬ ਨਮਾਜ਼ ਪੜਦਾ ਹਾ ਉਹ ਇੱਕ ਚਾਰ ਸਾਲਾਂ ਦੀ ਧੀ ਹਾ ਜਿਹੜੀ ਖੰਜਰੇ ਚ ਹੱਥ ਪਾ ਕੇ ਆਧੇ ਆਧੇ ਪੜਨ ਨਮਾਜ਼ ਮੇਰੇ ਬਾਬੇ ਨੂੰ ਹੈ ਤੇਰੀ ਮਿੰਨਤ ਕਰੇ ਦੇ ਪਈਆ ਇਸ ਮਾਰ ਤਮਾਚੇ ਮੇਰਾ ਅੱਲਾ ਇਸ ਸਜ਼ਾਦਾਰੀ ਨੂੰ ਕਬੂਲ ਫਰਮਾ ਗਜ਼ਾ ਦੇ ਮਜ਼ਲੂਮਾਂ ਨੂੰ ਆਪਣੀ ਹਿਮਾਇਤ ਨਸੀਬ ਫਰਮਾ ਬਿਲਖਸੂਸ ਜਿਹੜੇ ਬੱਚੇ ਜ਼ਖਮੀ ਹਨ ਇਤਨੇ ਜ਼ਖਮੀ ਹਨ ਮੇਰਾ ਮੌਲਾ ਉਹਨਾਂ ਨੂੰ ਸਿਹਤ ਵਾਲੀ ਜ਼ਿੰਦਗੀ ਅਤਾ ਫਰਮਾ ਹਾਜ਼ਰੀਨ ਦੀ ਜੋ ਹਾਜਤ ਹੈ ਕੁੱਲ ਮਰੀਜ਼ਾਂ ਸਮੇਤ ਸਿਹਤ ਵਾਲੀ ਜ਼ਿੰਦਗੀ ਅਤਾ ਫਰਮਾ